ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਅਸ ਪਾਰਟ ਆਫ ਆਰ ਆਨ ਗoing ਕਵਰੇਜ ਆਫ ਦੀ 2020 ਫੈਡਰਲ ਇਲੈਕਸ਼ਨ ਯੂਨਾਈਟਿਡ ਸਟੇਟਸ ਦੇ ਵਿੱਚ ਤੁਹਾਨੂੰ ਹਲੇ ਤੱਕ ਅਪਾ ਵੱਖ-ਵੱਖ ਪਰਸਪੈਕਟਿਵਸ ਪ੍ਰੇਜ਼ੈਂਟ ਕੀਤੇ ਹੈ ਕਿ ਕੌਣ ਕਿਸ ਏਰੀਆ 'ਚੋ ਕਿਸ ਕੈਂਡੀਡੇਟ ਪਿੱਛੇ ਆਪਣੀ ਸਪੋਰਟ ਪਾ ਰਿਹਾ ਹੈ ਅਪਾ ਤੁਹਾਡੇ ਨਾਲ ਸੀਨੀਅਰਸ ਬਜ਼ੁਰਗਾ ਦੇ ਔਰਤਾਂ ਦੇ ਪਰਸਪੈਕਟਿਵ ਸ਼ੇਅਰ ਕੀਤੇ ਜੋ ਬਹੁਤ ਇੱਕ ਇੰਪੋਰਟੈਂਟ ਵੋਟਿੰਗ ਬਲੌਕ ਹੈਗੇ ਇਸ ਇਲੈਕਸ਼ਨ ਦੇ ਵਿੱਚ ਅਪਾ ਤੁਹਾਨੂੰ ਬਿਜ਼ਨਸ ਐਂਡ ਔਨਟਰਪ੍ਰੈਨਿਓਰਸ ਨਾਲ ਗੱਲ ਕਰਾਈ ਫਾਰਮਰਸ ਨਾਲ ਐਗਰੀਕਲਚਰ ਐਕਸਪਰਟਸ ਨਾਲ ਕਿ ਉਹ ਕਿਸ ਪਾਸੇ ਨੀ ਸਪੋਰਟ ਪਾ ਰਿਹਾ ਐ ਐਂਡ ਤੁਹਾਨੂੰ ਇਹ ਵੀ ਦੱਸਿਆ ਕਿ ਜੋ ਸਾਡੇ ਆਪਾਂ ਕਹਿ ਸਕਦੇ ਆ ਗਾਈਡਿੰਗ ਮੋਰਲ ਸੈਂਟਰਸ ਕਮਿਊਨਿਟੀ ਦੇ ਵਿੱਚ ਸਾਡੇ ਗੁਰਦੁਆਰੇ ਉਹਨਾਂ ਦੇ ਵਿੱਚ ਕੀ ਮਾਹੌਲ ਹੈ ਇਸ ਇਲੈਕਸ਼ਨ ਨੂੰ ਲੈ ਕੇ ਬਟ ਇਹ ਇਲੈਕਸ਼ਨ ਦੇ ਵਿੱਚ ਪਾਵੇ ਵੋਟਾ ਸਿਰਫ ਅਮਰੀਕਨ ਸਿਟੀਜ਼ਨਸ ਪਾ ਰਹੇ ਐ ਇਹ ਇਲੈਕਸ਼ਨ ਪੂਰੀ ਦੁਨੀਆ ਲਈ ਮਾਈਨ ਇਹ ਰੱਖਦਾ ਹੈ ਐਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਟਾਈਮ ਸੀਗਾ ਕਿ ਯੂਨਾਈਟਿਡ ਸਟੇਟਸ ਦੁਨੀਆ ਦੇ ਵਿੱਚ ਇੱਕ ਲੀਡਰ ਮੰਨਿਆ ਜਾਂਦਾ ਸੀ ਆਪਣੀ ਸਟਰੈਂਥ ਤੇ ਆਪਣੀ ਸਿਆਣਪ ਦੇ ਨਾਲ ਅੱਜ ਆਪਾਂ ਕਹਿ ਸਕਦੇ ਹਾਂ ਆਬਜੈਕਟਿਵਲੀ ਕਿ ਯੂਨਾਈਟਿਡ ਸਟੇਟਸ ਦੀ ਉਹ ਜਗਾ ਨਹੀਂ ਰਹੇਗੀ ਗਲੋਬਲ ਸਟੇਜ ਦੇ ਵਿੱਚ ਸੋ ਬਾਕੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਇਲੈਕਸ਼ਨ ਨੂੰ ਲੈ ਕੇ ਜਿੱਥੇ ਸਿਰਫ ਹੁਣ 5 ਦਿਨ ਰਹਿ ਗਏ ਐ ਆਮ ਵਕ ਵਕ ਜੋ ਵੱਡੇ ਸਾਡੇ ਐਲਾਈਜ਼ ਕੰਟਰੀਜ਼ ਪਾਰਟਸ ਆਫ ਦ ਵਰਲਡ ਉਹ ਕੀ ਸੋਚ ਰਹੇ ਐ ਕਿ ਇਸ ਇਲੈਕਸ਼ਨ ਚ ਕੀ ਹੋਏਗਾ ਕੀ ਹੋਣਾ ਚਾਹੀਦਾ ਐ ਐਂਡ ਕਿਸ ਤਰ੍ਹਾਂ ਨੋਵੇmber 3rd ਇਸ ਕੰਟਰੀ ਦੇ ਵਿੱਚ ਪਲੇ ਆਊਟ ਹੋਏਗੀ ਅਗਰ ਆਪਾਂ ਪੂਰੀ ਦੁਨੀਆ ਦੀ ਗੱਲ ਕਰਦੇ ਆ ਇੱਕ ਕੰਟਰੀ ਇਹੋ ਜਾਇ ਹੈ ਜਿੰਨੂੰ ਤੁਸੀਂ ਕਹਿ ਲਓ ਸਭ ਤੋਂ ਜ਼ਿਆਦਾ ਕਨਸਰਨ ਹੋਣਾ ਚਾਹੀਦਾ ਹੈ ਯੂਨਾਈਟਿਡ ਸਟੇਟਸ ਦੀ ਇਲੈਕਸ਼ਨ ਨੂੰ ਲੈ ਕੇ ਐਂਡ ਆਫ ਕੋਰਸ ਥੈਟ ਇਜ਼ ਆਰ ਫਰੈਂਡਲੀ ਨੇਬਰ ਟੂ ਦ ਨਾਰਥ ਕੈਨੇਡਾ ਕੈਨੇਡਾ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਆ ਇਟ ਸ਼ੇਅਰਸ ਦ ਲਾਰਜੈਸਟ ਅਨਗਾਰਡਡ ਬਾਰਡਰ in the world with the united states uh, hundreds of billions of dollars worth of trade commerce lagatar uh, border the crossings vich chalda hai and agar apan gal karde ki relationship kis tarah di hai there is one quote jo mainu labbi jo bahut hi i think perfectly describe kar di de hai in fact jo current uh, prime minister hai ga unna de father saab Pierre Trudeau unanne uh, jo prime minister sige, si ke 15 saala layi unanne is relationship nu keha si ki ek chuha ਇੱਕ ਸੁੱਤੇ ਹੋਏ ਹਾਥੀ ਦੇ ਨਾਲ ਬੈਠਾ ਹੋਇਆ ਇਹ ਹੈਗੀ ਰਿਲੇਸ਼ਨਸ਼ਿਪ ਕੈਨੇਡਾ ਤੇ ਯੂਨਾਈਟਿਡ ਸਟੇਟਸ ਦੀ ਤੇ ਅਗਰ ਉਹ ਹਾਥੀ ਜਾਗ ਜਾਂਦਾ ਤੇ ਉਸ ਚੂਹੇ ਦਾ ਕੀ ਬਣੂਗਾ ਇਸ ਤਰ੍ਹਾਂ ਦੀ ਗੱਲ ਹੁਣ ਚੱਲ ਰਹੀ ਹੈ ਕੈਨੇਡਾ ਦੇ ਵਿੱਚ ਐਂਡ ਇਨ ਫੈਕਟ ਕੁਝ ਇਹ ਵੀ ਕਨਸਰਨਸ ਹਨ ਕਿ ਅਗਰ ਇਹ ਜੋ ਇਲੈਕਸ਼ਨ ਨਵੰਬਰ 3 ਨੂੰ ਤੁਸੀਂ ਕਹਿ ਲਓ ਸਮੂਥਲੀ ਨਹੀਂ ਪਲੇ ਆਊਟ ਹੁੰਦਾ ਜਿਸ ਤਰ੍ਹਾਂ ਦੀ ਕੁਝ ਸਾਨੂੰ ਹੈਡਲਾਈਨਸ ਸੁਣਨ ਨੂੰ ਮਿਲ ਰਹੀਆਂ ਕਿ ਦੰਗਾਬਾਜ਼ੀ ਹੋ ਸਕਦੀ ਹੈ ਰਾਈਟਿੰਗ ਹੋ ਸਕਦੀ ਹੈ ਤੇ ਕੈਨੇਡਾ ਤੇ ਕਿਸ ਤਰ੍ਹਾਂ ਦਾ ਇੰਪੈਕਟ ਹੋਏਗਾ ਇਸ ਚੀਜ਼ ਨੂੰ ਲੈ ਕੇ ਇਨ ਫੈਕਟ ਜਦੋਂ ਆਪਾਂ ਇਸ ਤਰ੍ਹਾਂ ਦੀ ਦੰਗੇਬਾਜ਼ੀ ਦੀ ਗੱਲ ਕਰਦੇ ਆ ਅੱਜ ਹੀ ਵਾਲਮਾਰਟ ਨੇ ਅਨਾਉਂਸ ਕੀਤਾ ਕਿ ਉਹ ਆਪਣੇ ਸਾਰੇ ਸਟੋਰਸ ਤੋਂ ਸੇਲਸ ਫਲੋਰ ਤੋਂ ਗਨਸ ਐਂਡ ਅਮਿਊਨੀਸ਼ਨਸ ਨੂੰ ਹਟਾ ਰਿਹਾ ਹੈ ਅਹੈਡ ਆਫ ਨੋਵੇਮਬਰ 3 ਬਿਕੋਜ਼ ਉਹਨਾਂ ਨੂੰ ਡਰ ਹੈ ਕਿ ਅਗਰ ਨੋਵੇਮਬਰ 3 ਨੂੰ ਕੁਝ ਇਹੋ ਜੀ ਅਨਰੈਸਟ ਹੁੰਦੀ ਹੈ ਤੇ ਉਹਨਾਂ ਦੇ ਸਟੋਰ ਚੋਂ ਗਨਸ ਹਥਿਆਰ ਤੇ ਅਮਿਊਨੀਸ਼ਨਸ ਨਾਲ ਚੋਰੀ ਹੋਣ ਬਟ ਕੈਨੇਡਾ ਵਿਚ ਡੈਫੀਨਟਲੀ ਇਸ ਵੇਲੇ ਤੁਸੀਂ ਕਹਿ ਲੋ ਟੈਂਸ ਮਾਹੌਲ ਹੈ ਕਿ ਕਿਸ ਤਰ੍ਹਾਂ ਇਹ ਇਲੈਕਸ਼ਨ ਨਾ ਕਿ ਅਗਲੇ ਟਿਊਜ਼ਡੇ ਪਲੇਆਊਟ ਹੋਏਗਾ ਬਟ ਲੌਂਗ ਟਰਮ ਕੀ ਕੀ ਇੰਪੈਕਟ ਹੋਏਗਾ ਯੂ ਐਸ ਕੈਨੇਡਾ ਰਿਲੇਸ਼ਨਸ ਤੇ ਸਾਡੇ ਨੈਕਸਟ ਪ੍ਰੈਜ਼ੀਡੈਂਟ ਦੇ ਨਾਲ ਇਨਫੈਕਟ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਕੁਝ ਕੰਟਿੰਜੈਂਸੀ canadian government they trump the support pichehan, and kuch contingents bilkul uh, uh, biden the support piche so aj is program de which sanu join kare from surrey canada um, i'm very very excited to announce uh, member parliament mr randeep sarai from surrey canada the program de vich swagat Sasrikal. Sasrikal. Good to have you, Rindeep Ji. Thank you. It's very fair to see the program with today. And um, we know that there's a uh, time where there are many demands. It's a time where COVID is going to be day to day business is going to And of course, the border is us to nervously American elections are watch to I'm sure. Uh, Rindeep Ji, I want to start with some of the polls, right? Because United States is going to be very high level in polls. ਹਰ ਸਟੇਟ ਦੇ ਵਿੱਚ ਪੋਲਸ ਆਉਂਦੇ ਆ ਪਰ ਅਗਰ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਇੱਕ ਪੋਲ ਐਸਟੀਮੇਟ ਕਰਦਾ ਹੈ ਕਿ ਲਗਭਗ 80% ਆਫ ਕੈਨੇਡੀਅਨਸ ਜੋ ਇਸ ਪੋਲ ਦੇ ਵਿੱਚ ਸ਼ਾਮਿਲ ਹੋਏ ਉਹ ਬਾਈਡਨ ਪਿੱਛੇ ਆਪਣੀ ਸਪੋਰਟ ਪਾਉਂਦੇ ਆ ਐਂਡ ਇੱਕ ਹੋਰ ਪੋਲ ਕਹਿੰਦਾ ਹੈ ਕਿ ਜੋ ਕੈਨੇਡੀਅਨ ਕੰਸਰਵਟਿਵਸ ਹਨ ਉਹਨਾਂ ਦੇ ਵਿੱਚੋਂ ਲਗਭਗ ਅੱਧੇ 트ੰਪ ਨੂੰ ਸਪੋਰਟ ਕਰਦੇ ਐ ਇਨ ਫੈਕਟ ਜਿਸ ਤਰ੍ਹਾਂ ਹੁਣ ਸਕਰੀਨ ਤੇ ਵੀ ਦੱਸਿਆ ਸੀ ਈ ਵਿਊਅਰਸ ਨੂੰ ਵਨ ਆਫ ਯੂਰ ਸੈਨੇਟ ਲੀਡਰਸ ਉਹਨਾਂ ਨੇ ਆਪਣੀ ਸਪੋਰਟ ਓਪਨ ਨਹੀਂ ਕਹੀ ਕਿ ਮੈਂ 트ੰਪ ਨੂੰ ਸਪੋਰਟ ਕਰਦਾ ਬਟ ਪੋਲਸ ਸਿਰਫ ਸਾਨੂੰ ਇੱਕ ਅਧੂਰੀ ਸਟੋਰੀ ਦੱਸਦੇ ਆ ਰਾਈਟ ਸੋ लेट्स ਗੇਟ ਸਟਾਰਟਡ ਵਿਦ ਤੁਹਾਡਾ ਓਨ ਦਾ ਗਰਾਉਂਡ ਐਕਸਪੀਰੀਅੰਸ ਅਮ ਆਪਣੇ ਡਿਸਟ੍ਰਿਕਟ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਐਂਡ ਫੈਡਰਲ ਗਵਰਨਮੈਂਟ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਤੁਸੀਂ ਸਾਨੂੰ ਦੱਸ ਸਕਦੇ ਹੋ ਅਮ ਇਸ ਇਲੈਕਸ਼ਨ ਨੂੰ ਲੈ ਕੇ ਐਂਡ ਕੀ ਕੈਂਡੀਡੇਟਸ ਨੂੰ ਲੈ ਕੇ ਗੱਲ ਹੋ ਰਹੀ ਹੈ ਦੇਖੋ ਥੈਂਕ ਯੂ ਅਸ਼ਮਿਤਾ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਸ਼ੋ ਤੇ ਲਿਆਂਦਾ Uh, so as Canadians, ano, uh, sa the neighbour than uh, our, uh, always uh, good relations honee, both many lakhey. Sa the largest trading partner hagi, there is even two billion dollars worth of goods back and forth. Jandeya, uh, jethese isaridi gal kardey. Sa the border, forty ninth parallel theya, U.S. the border than ourly, sa the largest border crossing of the in in Canada hagi. So trucks back and forth, goods lakhey on theya. Sa the both both saara vopar hai, but vopar toh bade sa ਮਿਲਟਰੀ ਸਾਂਝ ਆ ਗਿਆ ਨੇਰੋ ਦੇ ਆ ਲਈਆ ਸਾਡਾ ਨੋਰਐਟ ਦਾ ਐਗਰੀਮੈਂਟ ਯਰ ਡਿਫੈਂਸ ਕਟੀਆਂ ਦੀ ਹੈਗੀ ਆ ਸਾਡੇ ਇਵਨ ਇਮੀਗ੍ਰੇਸ਼ਨ ਵੀ ਜਿਹੜੋਂ ਬਾਰੋਂ ਕੋਈ ਹੁੰਦਾ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਸ਼ੇਅਰ ਹੁੰਦੀ ਹੈ ਯੂ ਐਸ ਤੇ ਕੈਨੇਡਾ ਦੇ ਵਿੱਚ ਸੋ ਸਾਡੇ ਜਿਹੜੀ ਸਾਂਝ ਬਹੁਤ ਡੂੰਗੀ ਹੈ ਇਸ ਕਰਕੇ ਕੈਨੇਡੀਅਨਸ ਬਹੁਤ ਕਲੋਸਲੀ ਵਾਚ ਕਰਦੇ ਸਾਡਾ ਇਵਨ ਸੱਭਿਆਚਾਰ ਕਲਚਰਲ ਟੀਵੀ ਫਿਲਮ ਨਿਊਜ਼ ਇਵਨ ਐਵੀ ਬੋਲ ਸ਼ੇਅਰ ਹੁੰਦੀ ਹੈ ਸੀ ਆਬਵੀਅਸਲੀ ਅਸੀਂ ਸਮਾਲ ਮਾਰਕੀਟ ਹੈ ਪਰ ਸਸ ਯੈਸ ਕਰਕੇ ਅਮਰੀਕਾ ਦਾ ਬਹੁਤ ਕੰਜ਼ਿਊਮ ਕਰਦੇ ਚਾਹੇ ਉਹਨਾਂ ਦੇ ਨਿਊਜ਼ ਨੈਟਵਰਕਸ ਹੈਗੇ ਚਾਹੇ ਉਹਨਾਂ ਦੇ ਮੂਵੀ ਚੈਨਲਸ ਹੈਗੇ ਚਾਹੇ ਨੈਟਫਲਿਕਸ ਹੈਗਾ ਕੋਈ ਵੀ ਇਸ ਤਰ੍ਹਾਂ ਸੋ ਅਸੀਂ ਕਾਫੀ ਐਬਜ਼ਾਰਬਡ ਹੈ ਅਮਰੀਕਨ ਇਲੈਕਸ਼ਨ ਤੇ ਔਰ ਤੁਹਾਡੇ ਕੋ ਕਾਫੀ ਫਲੈਂਪੋਇਅਨ ਪ੍ਰੈਜ਼ੀਡੈਂਟ ਹੈਗਾ ਜਿਹੜਾ ਕਿ ਮੀਡੀਆ ਦੇ ਵਿੱਚ ਕਦੇ ਮਿਸ ਨਹੀਂ ਕਰਦਾ ਅਟੈਂਸ਼ਨ ਲੈਣ ਤੋਂ ਸੋ ਉਹ ਹੋਰ ਵੀ ਆਮ ਪ੍ਰੈਜ਼ੀਡੈਂਟ ਨਾਲੋਂ ਵੀ ਵੱਧ ਅਟੈਂਸ਼ਨ ਗੈਦਰ ਕਰਦਾ ਪਰ ਮੋਸਟਲੀ ਕੈਨੇਡੀਅਨਸ ਨੂੰ ਕੰਸਰਨ ਇਹ ਹੁੰਦਾ ਕਿ ਅਸੀਂ ਸਟੇਬਲ ਪਾਰਟਨਰ ਹੋਵੇ ਯੂਐਸ ਆਈਡ ਤੇ ਸਾਨੂੰ ਆਸ ਹੋਵੇ ਕਿ ਸਾਡਾ ਹੌਸਲਾ ਹੋਵੇ ਵੀ ਸਾਡਾ ਨਾਲ ਦਾ ਪਾਰਟਨਰ ਸincerely ਸਾਡਾ ਟ੍ਰੇਡ ਕਰਦਾ ਸਾਡਾ ਡੀਲ ਕਰਦਾ ਕੋਈ ਵੀ ਮਸਲੇ ਉਤੇ ਨਾਰਮਲੀ ਇੰਟਰਨੈਸ਼ਨਲ ਵਰਲਡ ਦੇ ਵਿੱਚ ਅਸੀਂ ਰਲ ਕੇ ਚੱਲਦੇ ਹਾਂ ਯੂਜੂਲੀ ਆਉਰ ਕੈਨੇਡਾ ਆਪਣੀ ਇੰਡੀਪੈਂਡੈਂਸ ਆਫ ਜਾਰ ਕਰਦਾ ਕੇਵਾਰੀ ਉਹਨਾਂ ਦੇ ਨਾਲ ਯੂਐਸ ਤੇ ਜਾਂਦਾ ਪਰ ਕੇਵਾਰੀ ਨੇ ਵੀ ਜਾਂਦਾ ਆਪਣਾ ਡਿਸੀਜਨ ਆ ਬਣਾਉਂਦਾ ਪਰ ਆਮ ਤੌਰ ਤੇ ਸੋਚਿਆ ਜਾਂਦਾ ਜਿੱਥੇ ਵੀ ਡੈਮੋਕਰੈਟਿਕ ਇਸ਼ੂ ਹੈਗੇ ਆ ਹਿਊਮਨ ਰਾਈਟਸ ਦੇ ਇਸ਼ੂ ਆ ਇਹ ਵੈਸਟਰਨ ਕੰਟਰੀਆਂ ਜਿਹੜੀਆਂ ਰਲ ਕੇ ਚੱਲਦੀਆਂ ਔਰ ਯੂ ਐਸ ਦੇ ਨਾਲ ਸਾਰਾ ਦੰਦੀਆ ਪਰ ਤੁਸੀਂ ਜਿਵੇਂ ਇੰਟਰੋਡਕਸ਼ਨ ਕਿਹਾ ਯੂ ਐਸ ਨੇ ਹੁਣ ਕਾਫੀ ਪਿੱਛੇ ਪੈਰ ਕਦਮ ਚੱਕ ਲਿਆ ਕਿ ਇੰਟਰਨੈਸ਼ਨਲ ਗਲੋਬਲ ਸੀਨ ਦੇ ਵਿੱਚ ਜਿਵੇਂ ਅੱਗੇ ਅਮਰੀਕਾ ਅੱਗੇ ਹੁੰਦਾ ਸੀਗਾ ਹੋਰ ਨੇ ਮੋਰ ਆਈਸੋਲੇਸ਼ਨਿਸਟ ਯੂ ਐਸ ਸੈਂਟ੍ਰਿਕ ਪਾਲਿਸੀ ਕਰਨ ਲੱਗ ਪਿਆ ਜਿੱਥੇ ਬਾਹਲਾ ਅਨਫੋਰਨ ਪਾਲਿਸੀ ਦੇ ਵਿੱਚ ਜਾਂ ਹੋਰਾਂ ਦੇ ਸੰਨ ਜਿੱਥੇ ਸਹਾਇਤਾ ਦੀ ਲੋੜ ਆ ਉੱਥੋਂ ਥੋੜਾ ਪਿੱਛੇ हट ਗਿਆ ਪਰ ਕੈਨੇਡੀਅਨ ਕਾਫੀ ਗੌਰ ਦੇ ਨਾਲ ਦੇਖ ਰਿਹਾ ਹੈ ਇਸ ਇਲੈਕਸ਼ਨ ਨੂੰ ਅਨਾਸ ਕਰਦੇ ਕਿ ਅਸੀਂ ਸਟੇਬਲ ਗਵਰਨਮੈਂਟ ਰਿਗਾਰਡਲੈਸ ਜਿਹੜਾ ਰਜਾਈਮ ਆਊਗਾ ਹੋਊਗਾ ਨਵੰਬਰ 30 ਤੋਂ ਬਾਅਦ ਜੀ ਜੀ ਥੈਂਕ ਯੂ ਰਣਦੀਪ ਜੀ ਅਮ ਤੁਹਾਡੀ ਸਪੈਸੀਫਿਕ ਜੋ ਇਨਵੋਲਵਮੈਂਟ ਹੈਗੀ ਐਜ਼ ਅ ਮੈਂਬਰ ਆਫ ਦ ਸਟੈਂਡਿੰਗ ਕਮੇਟੀ ਔਨ ਇੰਟਰਨੈਸ਼ਨਲ ਟ੍ਰੇਡ ਮੈਂ ਉਹਦੇ ਥੋੜੀ ਜੀ ਗੱਲ ਕਰਨਾ ਚਾਹੁੰਦੀ ਆ ਬਿਕੋਜ਼ ਟ੍ਰੇਡ ਨੂੰ ਲੈ ਕੇ ਆਈ ਥਿੰਕ ਦੋ ਕੈਂਡੀਡੇਟਸ ਅਮ ਡਿਫਰੈਂਟ ਸੋਲੂਸ਼ਨਸ ਡਿਫਰੈਂਟ ਓਪਰਚੁਨਿਟੀਜ਼ ਆਫਰ ਕਰਦੇ ਕੈਨੇਡਾ ਲਈ ਐਂਡ ਇਹਦੇ ਵਿੱਚ ਕਾਫੀ ਆਪਾਂ ਕਹਿ ਸਕਦੇ ਆ ਕੰਪਲਿਕੇਟਿਡ ਓਵਰਲੈਪ ਵੀ ਆ ਜਾਂਦਾ ਹੈ ਭਾਵੇਂ ਤੁਸੀਂ এনवायरमेंट ਸਾਈਡ ਤੋਂ ਲੈ ਲਓ ਟ੍ਰੇਡ ਪਾਲਿਸੀਜ਼ ਸਾਈਡ ਤੋਂ ਲੈ ਲਓ ਐਂਡ ਆਫ ਕੋਰਸ ਜੋ detectionist ਜਿਸ ਤਰ੍ਹਾਂ ਤੁਸੀਂ ਕਿਹਾ ਆਈਸੋਲੇਸ਼ਨਿਸਟ ਆ ਟ੍ਰੈਂਡ ਚੱਲ ਰਿਹਾ ਹੈ ਯੂਨਾਈਟਿਡ ਸਟੇਟਸ ਦੇ ਵਿੱਚ ਉਹਦੇ ਤੌਰ ਤੇ ਲੈ ਲੋ ਅਮ ਇਥੇ ਸਾਨੂੰ ਇੱਕ ਛੋਟੀ ਜੀ ਬ੍ਰੇਕ ਲਈ ਰੁਕਣਾ ਪੈ ਰਿਹਾ ਡੋਨਟ ਗੋ ਐਨੀਵੇਅਰ ਈਵਰਸ ਮੈ ਤੁਹਾਨੂੰ ਵੀ ਦੱਸਣਾ ਚਾਹੁੰਦੀ ਆ ਇਹ ਪ੍ਰੋਗਰਾਮ ਬਿਲਕੁਲ ਲਾਈਵ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਪੇਸ਼ ਕਰਦੇ ਰਵਾਂਗੇ ਤੁਸੀਂ ਕਾਲ ਕਰਕੇ ਆਪਣੇ ਕੁਐਸਚਨਸ ਕਮੈਂਟਸ ਕੰਸਰਨ ਜ਼ਰੂਰ ਰੱਖ ਸਕਦੇ ਹੋ ਬ੍ਰੇਕ ਤੋਂ ਬਾਅਦ ਵਿਖਤ ਬ깥साइड ਦਾ ਸਵਾਗਤ ਸੀ ਵੇਖ ਰਿਹਾ ਪ੍ਰੋਗਰਾਮ ਅੱਜ ਦਾ ਮੁੱਦਾ ਗੱਲ ਹੋ ਰਹੀ ਹੈ ਕਿ ਜਿੱਥੇ ਯੂਐਸ ਵਿੱਚ ਇਲੈਕਸ਼ਨ ਹੋ ਰਹੇ ਹੈ ਉੱਥੇ ਸਾਡੇ ਗਵਾਂਡੀ ਮੁਲਕ ਕੈਨੇਡਾ ਦਾ ਕੀ ਇਸ ਚੀਜ਼ ਨੂੰ ਲੈ ਕੇ ਖਿਆਲ ਹੈ ਤੇ ਕੀ ਮਾਹੌਲ ਉਥੇ ਡਿਵੈਲਪ ਹੋ ਰਿਹਾ ਹੈ ਐਂਟੀਸਿਪੇਸ਼ਨ ਦੇ ਵਿੱਚ ਸਾਡੇ ਇਲੈਕਸ਼ਨ ਨੂੰ ਲੈ ਕੇ ਸਾਡੇ ਨਾਲ ਇਸ ਚੀਜ਼ ਤੇ ਡਿਸਕਸ਼ਨ ਕਰਨ ਲਈ ਸਾਨੂੰ ਜੁਆਇਨ ਕਰ ਰਿਹਾ ਹੈ ਮੈਂਬਰ ਪਾਰਲੀਮੈਂਟ ਫ্রম ਸਰੀ ਕੈਨੇਡਾ ਮਿਸਟਰ ਰਣਦੀਪ ਸਿੰਘ ਸਰਾਏ ਰਣਦੀਪ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਬਾਰੀ ਫਿਰ ਸਵਾਗਤ ਰਣਦੀਪ ਜੀ देयर इज ਵਨ ਕੋਟ ਜਿਹਨੂੰ ਲੈ ਕੇ ਮੈਂ ਇਹ ਸੈਗਮੈਂਟ ਸ਼ੁਰੂ ਕਰਨਾ ਚਾਹੁੰਦੀ ਹਾਂ ਬੇਸਿਕਲੀ ਫਾਰਮਰ ਯੂਐਸ ਐਮਬੈਸਡਰ ਟੂ canada uh, mr bruce heimen said ke kisi cheez ne zyada damage nahi kita U.S.-Canada relationship. New then Donald Trump. Um, once again, this is the former ambassador to Canada, Mr. Bruce Hyman. Jinane A.K.I. Um, But trade di galandi. And khas I want to hear from you because to see, member hage Standing Committee on International Trade uh, as part of your role as member of Parliament. Trade Joe Trump the policies ਉਮ ਉਹਨਾਂ ਦਾ ਕੋਈ ਫਾਇਦਾ ਤੁਸੀਂ ਮਹਿਸੂਸ ਕਰਦੇ ਹੋ 让我们 ਸਟਾਰਟ ਵਿਦ ਥੈਟ। ਅ 트럼ਪ ਦੇ ਰਜਿਮ ਦੇ ਵਿੱਚ ਉਹ ਪ੍ਰੋਡਿਕਟੇਬਿਲਟੀ ਦੀ ਆਈ ਹੈ। ਸਾਡੇ ਕੋ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਵੀ ਅਸੀਂ ਚੀਜ਼ ਨੂੰ ਨਾਰਮਲ ਮਹਿਸੂਸ ਕਰਦੇ ਹਾਂ ਤੇ ਯੂ ਐਸ ਸਾਨੂੰ ਟੈਰਫ ਲਾ ਲੈਂਦਾ ਜਾਂ ਸਾਡੇ ਤੇ ਬਲੌਕ ਕਰਦਾ ਐਗਜ਼ਾਮਪਲ ਯਕਿ ਕੈਨੇਡੀਅਨ ਸਟੀਲ ਤੇ ਅਲੂਮੀਨਮ ਜਿਹੜਾ ਕਿ ਸਦੀਆਂ ਦਾ ਅਸੀਂ ਫ੍ਰੀ ਟ੍ਰੇਡ ਦੇ ਨਾਲ ਏਡੀਜ਼ ਦੇ ਟ੍ਰੇਡ ਕਰਦੇ ਆਂ ਔਰ ਉਹਨੂੰ ਹੋਰ ਕੋਈ ਬ੍ਰੀਚ ਨਹੀਂ ਸਮਝਿਆ ਕੋਈ ਕੰਡੀਸ਼ਨ ਨਹੀਂ ਸਿਰਫ ਉਹਨੂੰ ਨੈਸ਼ਨਲ ਸਿਕਿਉਰਿਟੀ ਦੇ ਅੰਡਰ ਇੱਕ ਮੇਜਰ ਪ੍ਰਧਾਨ ਮੰਤਰੀ ਕੋ ਹੈਗਾ ਜਿਹਦੇ ਉੱਤੇ ਉਹਨੇ ਸਾਡੇ ਸਟੀਲ ਤੇ 22% ਟੈਰਫ ਲਾਤੀ ਗਈ ਸੀ ਇਹ ਉਹਵੈਂਚਲੀ ਲਾਈ ਗਈ ਪਰ ਉਹਦਾ ਜਿਹੜਾ ਪਰਪਸ ਜਾਂ ਉਹ ਜਿਹੜੀ ਇੰਗੇਲੀ ਕੀਤੀ ਉਹ ਕਹਿੰਦੇ ਨੈਸ਼ਨਲ ਸਿਕਿਉਰਿਟੀ ਸੋ ਤੁਸੀਂ ਆਪ ਸੋਚੋਵੇ ਕਿਸ ਤਰੀਕੇ ਨਾਲ ਲੋਹਾ ਜਿਹੜਾ ਇਹ ਨੈਸ਼ਨਲ ਸਿਕਿਉਰਿਟੀ ਨੂੰ ਬਰੀਚ ਕਰ ਸਕਦਾ ਔਰ ਇਸਾ ਦੀਆਂ ਤੇ ਆਉਂਦਾ ਉਸ ਤੋਂ ਬਾਅਦ ਫਿਰ ਅਲੂਮਿਨਮ ਤੇ ਕੀਤਾ ਗਿਆ ਅਲੂਮਿਨਮ ਵੀ ਫਿਰ ਰਿਮੂਵ ਕੀਤਾ ਗਿਆ ਸੌਫਟਵੁੱਡ ਲੰਬਰ ਦੇ ਉਸੇ ਸਾਦਾ ਹੋਇਆ ਸੌਫਟਵੁੱਡ ਲੰਬਰ ਵੀ ਅਸੀਂ ਇਹ ਹਰ ਵਾਰੀ ਕੋਰਟ ਕੇਸ ਅਸੀਂ ਜਿਹੜੇ ਨੈਪਟਾ ਦੇ ਅੰਡਰ ਹੁੰਦੇ ਆ ਉਹ ਜਾਂਦੇ ਆ ਪਰ ਹੁਣ ਡੋਨਲਡ ਟਰੰਪ ਸਾਹਿਬ ਨੇ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਜਿਹੜੇ ਅਮਰੀਕਨ ਜਜਸ ਜਾਂ ਉਹ ਪੈਨਲ ਤੇ ਫਿਲ ਨਹੀਂ ਕੀਤੇ ਜਾਦੇ ਇਹ ਆਏ ਆ ਸੋ ਉਹਦੇ ਨਾਲ ਇੱਕ ਹੋਰ ਮੁਸ਼ਕਲ ਹੋ ਗਏ ਕਿ ਜਦੋਂ ਤੁਸੀਂ ਅਪੀਲ ਕਰਨਾ ਜਾ ਸ੍ਰਾਈ ਡਬਲਯੂਟੀਓ ਪੈਨਲ ਤੇ ਜਾਣਾ ਜੇ ਤੁਹਾਡੇ ਕੋਲ ਜਦੋਂ ਅਮਰੀਕਨ ਦੇ ਜੱਜ ਨਹੀਂ ਉੱਤੇ ਹੈਗੇ ਉਹਨਾਂ ਚ ਸੁਣਾਈ ਨਹੀਂ ਹੋ ਸਕਦੀ ਇਸ ਕਰਕੇ ਉਹ ਮਾਮਲੇ ਜਿਹੜੇ ਉਹ ਕਚਹਿਰੀਆਂ ਦੇ ਵਿੱਚ ਜਿਹੜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਕਚਹਿਰੀਆਂ 'ਚ ਫਸੇ ਰਹਿੰਦੇ ਸੋ ਉਹਨਾਂ ਦਾ ਹੱਲ ਨਹੀਂ ਹੁੰਦਾ ਸੋ ਤੁਹਾਨੂੰ ਪਤਾ بزਨਸ ਨੇ ਜਦੋਂ ਕਰਨਾ ਚਾਹੇ ਉਹ ਅਮਰੀਕਨ بزਨਸ ਹੈ ਕੈਨੇਡੀਅਨ ਉਹ ਉਹਨਾਂ ਦੀ ਸਪਲਾਈ ਚੇਨਸ ਜੁਆਇੰਟ ਹੁੰਦੀਆਂ ਉਹਨਾਂ ਦਾ ਇੱਕ ਐਗਜ਼ਾਮਪਲ ਹੈ ਜਦੋਂ ਗੱਡੀ ਦਾ ਪਾਰਟ ਕਾਰ ਬਣਦੀ ਹੈ ਨਾਰਥ ਅਮਰੀਕਾ ਚ ਚਾਹ ਯੂਐਸ ਆਈ ਦੇ ਤੇ ਅਸੈਂਬਲ ਹੁੰਦੀ ਚਾਹ ਕੈਨੇਡਾ ਉਹ ਤਕਰੀਬਨ 17 ਵਾਰੀ ਬੈਕ ਐਂਡ ਫੋਰਥ ਯੂਐਸ ਤੇ ਕੈਨੇਡੀਅਨ ਬਾਰਡਰ ਤੇ ਜਾਂਦੀ ਆ ਸੋ ਉਹਨਾਂ ਨੂੰ ਪ੍ਰੋਡਕਟੇਬਿਲਟੀ ਚਾਹੀਦੀ ਕਿ ਸਾਡੀ ਆ ਪਾਰਟ ਬਣਾਉਣਾ ਸਾਡੀ ਇਨੇ ਚੱਲੇ ਇਹ ਵੇਖੂਗਾ ਇਨੀ ਵਾਰੀ ਵਾਪਸ ਜਾਊਗਾ ਕੋਈ ਸਾਨੂੰ ਵਿੱਚ ਰੁਕਾਵਟ ਨਾ ਹੋਊਗੀ ਲੋੰਗ ਅਸ ਅਸੀਂ ਆ ਜਿਹੜਾ ਸਟੈਂਡਰਡ ਅਸੀਂ ਐਗਰੀ ਕੀਤਾ ਉਹ ਤੇ ਹੋਊਗੀ ਉਹਦੇ ਵਿੱਚ ਪਿਛਲੇ 4 ਸਾਲਾਂ ਚ ਕਾਫੀ ਸਾਨੂੰ ਵਿਗਨ ਪਿਆ ਜਿਹਦੇ ਵਿੱਚ ਸਾਡੇ ਗੁੱਡਸ ਜਦੋਂ ਬੈਕ ਐਂਡ ਫੋਰ ਜਾਂਦੇ ਆ ਉਹਨਾਂ ਦੇ ਉੱਤੇ ਟੈਰਫ ਲਾਈ ਗਈ ਬਾਅਦ ਦੇ ਵਿੱਚ ਉਹ ਫਿਰ ਯੂਜੂਲੀ ਸਕਸੈਸਫੁਲ ਅਜੰਦਾਸੀ ਕੈਨੇਡਾ ਜਦੋਂ ਵੀ ਉਹ ਚਾਹੇ ਉਹ ਯੂਐਸ ਚੈਂਬਰ ਆਫ ਕਮਰਸ ਯੂਐਸ ਕਾਮਰਸ ਸਕੱਟਰੀ ਦੇ ਮੁਰੇ ਜਾਂਦਾ ਜਾਂ ਨੈਫਟਾ ਦੇ ਪੈਨਲ ਦੇ ਮੁਰੇ ਜਾਂਦਾ ਫਿਰ ਉਹ ਰਿਜ਼ੋਲਵ ਹੁੰਦਾ ਪਰ ਇਨ ਬਿਟਵੀਨ ਉਹ ਬਹੁਤ ਪ੍ਰੋਬਲਮ ਹੋ ਜਾਂਦੀ ਸੀ ਦੂਸਰੀ ਥੋੜੀ ਜਿਹੀ ਪ੍ਰੋਬਲਮ ਹੈਗੀ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਦੀ ਆਦਤ ਹੈ ਕਿ ਉਹ ਟਵੀਟ ਦੇ ਰਾਹੀਂ ਜਿਆਦਾ ਕਮਿਊਨੀਕੇਸ਼ਨ ਕਰਦਾ ਸੋ ਜਿਹੜਾ 네ਗੋਸ਼ੀਏਟ ਕਰਦੇ ਆ ਖਾਸ ਕਰਕੇ ਨੈਫਟਾਲੇ ਇਨੀ ਵਾਦਾ ਕੀਤਾ ਸੀ ਕਿ ਮੈਂ ਦੁਬਾਰਾ ਕਰੂੰਗਾ ਜਿਹੜਾ ਕਿ ਕਿਸ ਪੱਖੋਂ ਚੰਗੀ ਵੀ ਗੱਲ ਹੋਈ ਆ ਨੈਫਟਾ ਐਗਰੀਮੈਂਟ ਐ ਕਿ 30 ਸਾਲ ਪੁਰਾਣਾ ਐਗਰੀਮੈਂਟ ਸੀਗਾ ਸੋ ਉਹਨੂੰ ਰੀਵੈਬ ਕਰਨਾ ਮਾਡਰਨ ਈ-ਕਾਮਰਸ ਵਾਸਤੇ ਤੇ ਹੋਰ ਨਾ ਕਰਨ ਵਾਸਤੇ ਵਧੀਆ ਚੀਜ਼ ਸੀਗੀ ਪਰ ਉਹਦੇ ਵਿੱਚ ਵੀ ਜਦੋਂ ਕੋਈ ਇੰਡੀਕੇਟਰ ਹੁੰਦਾ ਸੀਗਾ ਕਿ ਹੁਣ ਹੋ ਗਿਆ ਜਾਂ ਮਸਲਾ ਤੁਹਾਡੇ 네ਗੋਸ਼ੀਏਟਰ ਕਹ ਰਿਹਾ ਸੀ ਕਿ ਹੋ ਗਿਆ ਉਹ ਬਦਲ ਜਾਂਦਾ ਸੀ ਜਦੋਂ ਪ੍ਰਧਾਨ ਮੰਤਰੀ ਕੋ ਜਾਂਦਾ ਸੀਗਾ ਉਹਦੇ ਚ ਇੱਕ ਕਾਫੀ ਚੈਲੰਜ ਆ ਕੇ ਵਾਰੀ ਉਹ ਕੋਸ ਕੋਸ ਕਹਿ ਕੇ ਹਟੇ ਹੁੰਦੇ ਆ ਸਵੇਰੇ ਟਵੀਟ ਕੋਸ ਹੋਰ ਆ ਜਾਂਦਾ ਸੀਗਾ ਇਹਦੇ ਵਿੱਚ ਥੋੜਾ ਚੈਲੰਜ ਜਰੂਰ ਜਿਹੜਾ ਕਿ ਨਾਰਮਲੀ ਅਮਰੀਕਨ ਸਾਡੇ ਕਾਉਂਟਰਪਾਰਟਸ ਦੇ ਨਾਲ ਉਹ ਚੀਜ਼ ਨਹੀਂ ਆਈ ਤੁਸੀਂ ਪਹਿਲਾਂ ਇਹ ਵੀ ਕਿਹਾ ਸੀਗਾ ਕਿ ਪ੍ਰੋਟੈਕਸ਼ਨਿਸਟ ਕੀ ਅਮਰੀਕਨ ਬਾਈਡਨ ਜਾਦਾ ਪ੍ਰੋਟੈਕਸ਼ਨਿਸਟ ਆ ਰਿੰਦੀਪ ਜੀ ਤੁਸੀਂ ਤੁਸੀਂ ਅੱਗੇ ਤੁਸੀਂ ਅੱਗੇ ਦੌੜਿਓ ਮੈਂ ਉਹ ਕੁਐਸਚਨ ਰੱਖਿਆ ਡੋਨਟ ਵਰੀ ਬਟ ਬਟ ਯੂ نو ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਅਗਰ ਆਪਾਂ ਸਿਰਫ ਜੋ ਆਊਟਕਮ ਰਿਹਾ ਹੈ ਅਗਰ ਜਿਸ ਤਰ੍ਹਾਂ ਤੁਸੀਂ ਨੈਫਟਾ ਦਾ ਕਿਹਾ ਹੈ ਅਗਰ ਆਪਾਂ ਪਿਉਰਲੀ ਡਾਲਰਸ ਯੂਐਸ ਐਂਡ ਕੈਨੇਡੀਅਨ ਦੀ ਗੱਲ ਕਰਦੇ ਹਾਂ ਜੋ ਪੋਲਿਸੀਜ਼ ਆਪਾਂ ਮੇਓ ਟਵਿੱਟਰ ਤੇ ਰਾਹੀਆਂ ਆਫੀਸ਼ਲ ਡੈਲੀਗੇਸ਼ਨਸ ਤੇ ਰਾਹੀ ਕੰਡਕਟ ਹੋਈਆਂ ਤੁਸੀਂ ਕਹਿ ਸਕਦੇ ਹੋ ਆਈ ਮੀਨ ਅ ਸਿੰਪਲ ਯੈਸ অর ਨੋ ਮੋਨਿਟਰੀ ਬੈਨੀਫਿਟ ਕੈਨੇਡਾ ਨੂੰ ਇਸ ਪਿਛਲੇ 4 ਸਾਲਾਂ ਦਾ 트ੰਪ ਦੇ ਅੰਡਰ ਕੋਈ ਇਨਕਰੀਸਡ ਬੈਨੀਫਿਟ ਵੇਖਣ ਨੂੰ ਮਿਲਿਆ ਇੱਕ ਸਿੰਪਲ ਰੈਵਨਿਊ ਤੌਰ ਤੇ ਜੋ ਨਾਰਮਲ ਗ੍ਰੋਥ ਤੋਂ ਇਲਾਵਾ ਮੇਰਾ ਖਿਆਲ ਨਹੀਂ ਕੋਈ ਹੋਇਆ ਸਾਡਾ ਆਲਵੇਸ ਟ੍ਰੇਡ ਆਲਮੋਸਟ ਬੈਲੈਂਸ ਹੈਗਾ ਜੋ ਵੀ ਨੈਫਟਾ ਦਾ ਮੋਰ ਅਗਰੀਵੈਂਸ ਹੈਗਾ ਟਰੰਪ ਸਾਹਿਬ ਦਾ ਉਹ ਮੈਕਸੀਕੋ ਦੇ ਨਾਲ ਸੀਗਾ ਕੈਨੇਡਾ ਦੇ ਨਾਲ ਜਨਰਲੀ ਟ੍ਰੇਡ ਬੈਲੈਂਸ ਹੀ ਸੀਗਾ ਪਲੱਸ অর ਮਾਈਨਸ ਆਇਲ ਦੀ ਪ੍ਰਾਈਸ ਨਾ ਕੇ ਵਰੀ ਹੁੰਦਾ ਸੀਗਾ ਆਈਦਰ ਕੈਨੇਡਾ ਦੇ ਫੇਵਰ ਜਾਂ ਅਮਰੀਕਨ ਫੇਵਰ ਆਦਰਵਾਇਜ਼ ਤੇ ਕਰੀਵਨ ਬੈਲੈਂਸ ਕੀ ਹੈਗਾ ਸੋ ਜਿੰਨਾ ਅਸੀਂ ਵੇਚਦੇ ਉਹਨਾਂ ਹੀ ਲੈਣੇ ਆ ਆਮ ਗਲੈਡ ਯੂ ਸੈਡ ਥੈਟ ਬਿਕਾਜ਼ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਬਹੁਤ ਵੱਡੀ ਅਪੀਲ ਆਪਣੀ ਰੀਇਲੈਕਸ਼ਨ ਕੈਂਪੇਨ ਵਿੱਚ ਇਕਨੋਮੀ ਨੂੰ ਲੈ ਕੇ ਹੋਈ ਹੈ ਕਿ ਮੈਂ ਨਾ ਕੇ ਸਿਰਫ ਯੂਐਸ ਇਕਨੋਮੀ ਨੂੰ ਸਟਿਮੂਲੇਟ ਕੀਤਾ ਬਟ ਉਹਦਾ ਫਾਇਦਾ ਵਕ ਵਕ ਕੰਟਰੀਜ਼ ਨੂੰ ਮਹਿਸੂਸ ਹੋਇਆ ਸੋ ਆਮ ਗਲੈਡ ਟੂ ਸੀ ਉਹਦੇ ਤੇ ਕਮੈਂਟ ਦਿੱਤਾ ਸਾਨੂੰ ਬਟ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਅਗਰ ਆਪਾਂ ਦੂਜੇ ਪਾਸੇ ਆ ਜਾਂਦੇ ਹਾਂ ਜੋ ਬਾਈਡਨ ਨੂੰ ਲੈ ਕੇ ਉਹਨਾਂ ਨੇ ਵੀ ਇਹਨਾਂ ਖਾਸ ਕਰਕੇ ਅਗਰ ਡੈਮੋਕ੍ਰੈਟਿਕ ਸਾਈਡ ਦੀ ਆਪਾਂ ਯੂਨਾਈਟਿਡ ਸਟੇਟਸ ਵਿੱਚ ਗੱਲ ਕਰਦੇ ਹਾਂ ਉਹਨਾਂ ਦੀ ਪ੍ਰੋਟੈਕਸ਼ਨਿਸਟ ਪਾਲਿਸੀਜ਼ ਹੈਗੀਆਂ ਐਂਡ ਇਨ ਫੈਕਟ ਜੋ ਬਾਈਡਨ ਦਾ ਇੱਕ ਰਿਕਵਰੀ ਪਲਾਨ ਬਾਈ ਅਮਰੀਕਨ ਮੈਜਰਸ ਸਮਥਿੰਗ ਅਬਾਊਟ 400 ਬਿਲੀਅਨ ਡਾਲਰਸ ਆਫ ਨਿਊ ਇਨਵੈਸਟਮੈਂਟ ਐਂਡ ਮੈਨੂਫੈਕਚਰਿੰਗ ਯੂਨਾਈਟਿਡ ਸਟੇਟਸ ਦੇ ਵਿੱਚ ਸੋ ਇਸ ਚੀਜ਼ ਨੂੰ ਲੈ ਕੇ ਇਸ ਵੇਲੇ ਕੈਨੇਡੀਅਨ ਗਵਰਨਮੈਂਟ ਐਂਡ ਕੈਨੇਡੀਅਨ ਬਿਜ਼ਨਸ ਸੈਕਟਰ ਵਿੱਚ ਕਿਸ ਤਰ੍ਹਾਂ ਉਠ ਰਿਹਾ ਕਿ ਅਗਰ ਬਾਈਡਨ ਆ ਜਾਂਦਾ ਹੈ ਤੇ ਸਾਡੇ ਰੈਵਨਿਊ ਸਟ੍ਰੀਮਸ ਨੂੰ ਸਾਡੇ ਮੈਨੂਫੈਕਚਰਿੰਗ ਚੇਨਸ ਸਪਲਾਈ ਚੇਨ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਉਹਨਾਂ ਤੇ ਕੀ ਇੰਪੈਕਟ ਹੋਏਗਾ ਬਾਈਡਨ ਦੇ ਅੰਡਰ ਸੋ ਗੁੱਡ ਕੁਐਸਚਨ I ਮੀਨ ਨਾਰਮਲੀ ਜਦ ਡੈਮੋਕ੍ਰੇਟਸ ਆਉਟ ਜਾਂਦੇ ਦਿਸ ਤਰ੍ਹਾਂ ਜਿਵੇਂ ਬਾਈਡਨ ਨੇ ਇਹ ਜਿਆਦਾ ਪ੍ਰੋਟੈਕਸ਼ਨਿਸ ਹੁੰਦੇ ਆ ਔਰ ਰਿਪਬਲਿਕਨ ਜਨਰਲੀ ਪ੍ਰੋ ਟ੍ਰੇਡ ਹੁੰਦੇ ਆ ਪਰ ਪਿਛਲੇ ਰਜਿਮ ਅੰਡਰ ਦ ਕਰੰਟ ਰਜਿਮ ਦੇ ਅੰਡਰ ਇਵਨ 트੍ਰੰਪਸ ਆ ਵੀ ਕਾਫੀ ਪ੍ਰੋਟੈਕਸ਼ਨਿਸ ਰਹੇ ਆ ਸੋ ਇਸ ਕਰਕੇ ਹੁਣ ਇਹ ਟਾਈਮ ਦੱਸੂਗਾ ਕਿ ਕਿਹੜਾ ਬਾਈਡਨ ਜ਼ਿਆਦਾ ਪ੍ਰੋਟੈਕਸ਼ਨਿਸ ਰਹਿਣਗੇ 트럼ਪ ਦੇ ਕੰਪੈਰੀਸਨ ਜਾਂ ਜੇ 트럼ਪੀ ਮੁੜ ਕੇ ਆਇਆ ਹੋ ਜ਼ਿਆਦਾ ਪ੍ਰੋਟੈਕਸ਼ਨਸ ਸੋ ਕੈਨੇਡਾ ਉਸ ਲਈ ਪ੍ਰੇਪੇਅਰ ਹੋ ਰਿਹਾ ਪਰ ਜਿਹੜੇ ਫ੍ਰੀ ਟ੍ਰੇਡ ਡੀਲਸ ਹੈਗੇ ਆ ਉਹਦੇ ਵਿੱਚ ਕਾਫੀ ਆਲਰੇਡੀ ਸੇਫਗਾਰਡਸ ਹੈਗੇ ਆ ਜਿੱਦਾਂ ਦੋਨੇ ਕੰਟਰੀਆਂ ਓਨਲੀ ਲਿਮਿਟਿਡ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਪ੍ਰੋਟੈਕਸ਼ਨਿਸ ਮੇਜਰਸ ਕਰ ਸਕਦੇ ਹੋ ਔਨਕਰੇਜ ਕਰ ਸਕਦੇ ਪਰ ਜਿਹੜੇ ਆਲਰੇਡੀ ਟ੍ਰੇਡ ਡੀਲਾਂ ਚੱਲ ਰਹੀਆਂ ਜਿਹੜਾ ਵਪਾਰ ਚੱਲਦਾ ਜਿਹੜਾ ਅਮ ਪਰ ਗਵਰਨਮੈਂਟ ਚੱਲਦੀ ਆ ਫੈਡਰਲ ਗਵਰਨਮੈਂਟਾਂ ਦੇ ਸਟੇਟ ਗਵਰਨਮੈਂਟ ਦੇ ਉਹ ਜਿਹੜੇ ਕਾਨੂੰਨ ਆਲਰੇਡੀ ਬਣੇ ਆ ਉਹ ਟਰੀਟੀਆਂ ਬਣੀਆਂ ਉਹਦੇ ਅਨਸਾਰ ਹੀ ਅਸੀਂ ਆਸ ਰੱਖਦੇ ਕਿ ਉਸੇ ਤਰ੍ਹਾਂ ਚੱਲੂਗਾ ਜੀ ਇਹਨ ਇੱਕ ਹੋਰ ਏਰੀਆ ਜੋ ਆਪਾਂ ਕਹਿ ਸਕਦੇ ਆ ਕੈਨੇਡੀਅਨ ਯੂਐਸ ਰਿਲੇਸ਼ਨਸ਼ਿਪ ਲਈ ਥੋੜੀ ਜੀ ਬਾਈਡਨ ਦੇ ਅੰਡਰ ਕੰਪਲਿਕੀਸ਼ਨਸ ਪ੍ਰੋਡਿਊਸ ਕਰ ਸਕਦਾ ਹੈ ਉਹ ਮੈਂ এনਵਾਇਰਨਮੈਂਟ ਤੇ એનર્ਜੀ ਨੂੰ ਲੈ ਕੇ ਥੋੜੀ ਜੀ ਤੁਹਾਡੇ ਨਾਲ ਕਮੈਂਟ ਲੈਣਾ ਚਾਹੁੰਦੀ ਆ ਇੱਕ ਬਹੁਤ ਵੱਡੀ ਆਪਾਂ ਕਹਿ ਸਕਦੇ ਆ ਵੱਡਾ এনਵਾਇਰਨਮੈਂਟਲ ਪ੍ਰੋਜੈਕਟ ਕੀਸਟੋਨ ਐਕਐਲ ਪਾਈਪਲਾਈਨ ਜੋ ਕਿ ਤੇਲ ਨੂੰ ਕੈਨੇਡਾ ਤੋਂ ਯੂਐਸ ਤੱਕ ਟ੍ਰਾਂਸਫਰ ਕਰਨ ਲਈ ਅਗਰ ਮੈਂ ਸਿੰਪਲ ਸ਼ਬਦਾਂ ਚ ਨੂੰ ਦਸਾਂ ਬੇਸਿਕਲੀ ਪ੍ਰੋਪੋਜ਼ ਹੋਇਆ ਸੋ ਇਸ ਚੀਜ਼ ਨੇ ਲੱਗੇ ਕਾਫੀ ਬੈਕ ਐਂਡ ਫੋਰਟ ਓਬਾਮਾ ਟਾਈਮ ਤੋਂ ਚੱਲਦੀ ਆ ਰਹੀ ਹੈ ਬਟ ਬਾਈਡਨ ਨੇ ਇਸ ਚੀਜ਼ ਤੇ ਕਿਹਾ ਹੈ ਕਿ ਉਹ ਉਸ ਫੈਡਰਲ ਅਪਰੂਵਲ ਜੋ ਯੂਨਾਈਟਿਡ ਸਟੇਟਸ ਵਿੱਚ ਇਸ ਵਿਲੇ ਕੀਸਟੋਨ ਐਕਐਲ ਪਾਈਪਲਾਈਨ ਨੂੰ ਮਿਲਿਆ ਹੋਇਆ ਲਗਭਗ 8 ਬਿਲੀਅਨ ਡਾਲਰ ਦਾ ਉਹ ਪ੍ਰੋਜੈਕਟ ਹੈਗਾ ਜਿਹਦੇ ਵਿੱਚ ਯੂਐਸ ਐਂਡ ਕੈਨੇਡਾ ਨੇ ਰਲ ਕੇ ਉਸ ਔਇਲ ਨੂੰ ਐਕਸਟ੍ਰੈਕਟ ਤੇ ਟ੍ਰਾਂਸਪੋਰਟ ਕਰਨਾ ਹੈ ਬਾਈਡਨ ਨੇ ਸਟੇਟਮੈਂਟ ਦਿੱਤੀ ਹੈ ਕਿ ਉਹ ਉਸ ਅਪਰੂਵਲ ਨੂੰ ਪਿੱਛੇ ਹਟਾ ਲਣਗੇ ਐਸ ਪਾਰਟ ਆਫ ਹਿਸ એનર્ਜੀ ਕਨਸ਼ੀਅਸ ਪਲੈਟਫਾਰਮ ਉਹਨਾਂ ਦੇ ਕੁਝ ਬੇਸ ਦੇ ਜੋ ਪ੍ਰੋਗਰੈਸਿਵਸ ਹਨ ਯੰਗਰ ਵੋਟਰ ਬੇਸ ਹੈਗਾ ਉਹ এনवायरमेंट ਨੂੰ ਲੈ ਕੇ ਕਾਫੀ ਇਸ ਚੀਜ਼ ਤੇ ਇੰਪੋਰਟੈਂਸ ਪਾਉਂਦੇ ਸੋ ਜੋ ਬਾਈਡਨ ਨੇ ਇੰਡੀਕੇਟ ਕੀਤਾ ਇਸ ਵੇਲੇ ਕਿ ਉਹ ਉਸ ਪਾਸੇ ਜਾਣਗੇ ਸੋ ਕੈਨੇਡਾ ਦੇ ਵਿੱਚ ਖਾਸ ਕਰਕੇ ਜੋ ਕੈਨੇਡਾ ਦਾ એનર્ਜੀ ਸੈਕਟਰ ਹੈਗਾ ਉਹ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈ ਰਿਹਾ ਹੈ ਆ ਦੇਖੋ ਜਿਹੜਾ એનર્ਜੀ ਸੈਕਟਰ ਆ ਉਹ ਪਾਈਪਲਾਈਨ ਤੇ ਕਾਫੀ ਡਿਪੈਂਡੈਂਟ ਹੁੰਦਾ ਔਰ ਪਾਈਪਲਾਈਨ ਨੂੰ ਆਪਾਂ ਕਈ ਵਾਰੀ ਖਾਸ ਕਰਕੇ ਪ੍ਰੋਗਰੈਸਿਵ ਵੋਟਰ ਸਾਡੇ ਪਾਰਟੀ ਵਿੱਚ ਵੀ ਜਾਂ ਹੋਰ ਵੀ ਉਹ ਪਾਈਪਲਾਈਨਰ ਨੂੰ ਬਹੁਤ ਨਕੇਦੀ ਉਹਨਾਂ ਦੀ ਕਰਦੇ ਆ ਉਹ ਸਿੰਬਲਾਈਜ਼ ਕਰ ਦਿੰਦੇ ਆ ਕਿ ਓਇਲ ਸੈਕਟਰ ਐਂਡ ਐਕਸਟ੍ਰੈਕਸ਼ਨ ਇਨ ਫਾਸਲ ਫਿਊਲਸ ਪਰ ਸਾਡੇ ਕੈਨੇਡਾ ਦੇ ਵਿੱਚ ਇਹ ਐਕਸਪੀਰੀਐਂਸ ਹੋਇਆ ਕਿ ਦੇਖੋ ਉਹ ਓਇਲ ਤਾਂ ਔਰੇਡੀ ਐਕਸਟ੍ਰੈਕਟ ਹੋ ਰਿਹਾ ਤੇ ਉਹ ਪਹੁੰਚ ਵੀ ਰਿਹਾ ਅਮਰੀਕਾ ਨੂੰ ਇਸ ਵੇਲੇ ਉਹ ਰੇਲ ਕਾਰ ਰਾਹੀਂ ਕਾਫੀ ਪਹੁੰਚਾ ਰਹੇ ਆ ਟਰੇਨਰ ਆ ਜਾਂਦੇ ਤੇ ਟਰੇਨਾ ਜਿਹੜੀਆਂ ਉਹ ਐਕਸੀਡੈਂਟ ਵੀ ਹੋ ਜਾਂਦੇ ਸਪਿਲ ਵੀ ਹੋ ਜਾਂਦੀ ਸਾਡੇ ਕੈਨੇਡਾ 'ਚ ਇੱਕ ਦੋ ਵਾਰੀ ਹੋਇਆ ਤੇ ਜਿਹੜਾ ਪਾਈਪਲਾਈਨ ਆ ਇਹਦਾ ਐਕਸੀਡੈਂਟ ਜਸਪਿਲਜ ਰੇਟ ਪਰਸੈਂਟੇਜ ਵਾਈਜ਼ ਬਹੁਤ 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 ਘਟਿਆ ਇਸ ਕਰਕੇ ਸੇਫਟੀ ਮੈਜਰ ਹੈਗਾ ਜਦੋਂ ਤੁਸੀਂ ਟਰਾਂਸਪੋਰਟ ਕਰਨਾ ਆਇਲ ਉਹਦੇ ਪੱਖ ਦੇ ਦੇਖਦੇ ਆ ਕੈਨੇਡਾ ਅ ਜਿਹੜੀ ਸਾਰੇ ਕੰਰੰਟ ਸਰਕਾਰਾਂ ਔਰ ਦੂਸਰੀ ਸਰਕਾਰ ਵੀ ਸਹਿਮਤ ਆ ਕਿ ਪਾਈਪਲਾਈਨ ਸੇਫਸ ਵੇ ਹੈਗਾ ਕਿ ਫਾਸ ਆਫ ਯੂ نو ਤੁਸੀਂ ਟ੍ਰਾਂਸਪੋਰਟ ਕਰਨ ਵਾਸਤੇ ਪਰ ਅਗੇਨ ਹਰ ਇੱਕ ਕੰਟਰੀ ਦੇ ਜਿਵੇਂ ਸਾਡੇ ਆਪ ਦੇ এনवायरमेंटਲ ਲਾਜ਼ ਐਂਡ ਰੈਗੂਲੇਸ਼ਨਸ ਐਂਡ ਰੂਲਸ ਹੈਗੇ ਤੁਹਾਡੇ ਵੀ ਹੈਗੇ ਔਰ ਉਹ ਅਪਰੂਵਲਾ ਹੋਣੀਆਂ ਪੈਣੀਆਂ ਇਹ ਜਿਹੜਾ ਕੀ ਸਟੋਨ ਪਾਈਪਲਾਈਨ ਇਹ ਕਾਈਂਡ ਆ ਯੋ-ਯੋ ਵਾਂਗੂ ਪ੍ਰੋਜੈਕਟ ਰਿਹਾ ਜਦੋਂ ਪਹਿਲਾਂ ਸੀਗਾ ਅੰਡਰ ਜਾਰਜ ਬੋਸ਼ ਉਹਦਾ ਸ਼ੁਰੂ ਹੋਇਆ ਸੀਗਾ ਓਬਾਮਾ ਸਾਹਿਬ ਨੇ ਇਹ ਬੰਦ ਕਰਾ ਦਿੱਤਾ ਸੀਗਾ ਟਰੰਪਸ ਆਫਨੇ ਅਮਰੀਕਾ ਪਹਿਲੇ ਹਫਤੇ ਜੀ ਆ ਕੇ ਮੋਰਕੇ ਨੂੰ ਅਪਰੂਵ ਕਰਤਾ ਬਾਈਡਨ ਸਾਹਿਬ ਨੇ ਫੇਕ ਆ ਕਿ ਮੈਂ ਬੰਦ ਕਰ ਦੂੰਗਾ ਸੋ ਅਨਫੋਰਚਨਟਲੀ ਇਹ ਅਪ ਐਂਡ ਡਾਊਨ ਇਹ ਡਰਾਪਿਕ ਰਿਹਾ ਸੋ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਜੇ ਇਹ ਨਹੀਂ ਕੀਤਾ ਜਿੰਨਾ ਉਹ ਓਇਲ ਸ਼ਾਇਦ ਥੋੜਾ ਬਾਲਾ ਘੱਟ ਹੋਊਗਾ ਪਰ ਉਹ ਡਿਫਰੈਂਟ ਮੀਨਸ ਡਿਫਰੈਂਟ ਰਾਈ ਫਾਸਲ ਫਿਊਲ ਬਰਨ ਹੋ ਕੇ ਗੱਡੀ ਦੇ ਨਾਲ ਹੀ ਜਿਹੜੀ ਕਿ ਕੋਲ ਦੀ ਜਗ੍ਹਾ ਡੀਜ਼ਲ ਦੀ ਫਿਊਲ ਦੇ ਨਾਲ ਹੀ ਟਰੈਕਸ ਦੇ ਉੱਤੇ ਚੱਲ ਕੇ ਆਉਂਦਾ ਉਹ ਸ਼ਹਿਰਾਂ ਦੇ ਵਿੱਚ ਲੰਘ ਕੇ ਆਉਂਦਾ ਉਹਦਾ ਰਿਸਕ ਜ਼ਿਆਦਾ ਆ ਜੇ ਉਹ ਪਾਈਪਲਾਈਨ ਆਹੀ ਆਵੇ ਤਾਂ થોੜਾ ਰਿਸਕ ਘਟਿਆ ਔਰ ट्रांजिशन ਦੇ ਵਿੱਚ ਅਸੀਂ ਵੀ ਸਹਿਮਤ ਹਾਂ ਜਿਵੇਂ ਬਾਈਡਨ ਉਹਨਾਂ ਨੇ ਕਿਹਾ ਕਿ ਇਵੈਂਚੁਅਲੀ ਸਾਰੇ ਟ੍ਰਾਂਜਿਸ਼ਨ ਕਰਨਾ ਚਾਹੁੰਦੇ ਆ ਔਇਲ ਸੈਕਟਰ ਤੋਂ ਪਰੇ ਹੋਣਾ ਚਾਹੁੰਦੇ ਫੋਸਲ ਫਿਊਲ ਬਰਨਿੰਗ ਤੋਂ ਧਰਫੋਰ ਇਵਨ ਔਇਲ ਸੈਕਟਰ ਨੂੰ ਵੀ ਮੋਰ এনਵਾਇਰਨਮੈਂਟਲੀ ਫ੍ਰੈਂਡਲੀ ਕਰਨਾ ਚਾਹੁੰਦੇ ਜਿੱਨਾ ਇਹਦੀ ਐਕਸਟ੍ਰੈਕਸ਼ਨ ਪ੍ਰੋਸੈਸ ਵੀ ਲੈਸ ਡੈਮੇਜਿੰਗ ਹੋਵੇ ਇਹਦਾ ਜਿਹੜਾ ਟ੍ਰਾਂਸਪੋਰਟੇਸ਼ਨ ਜਾਂ ਪ੍ਰੋਸੈਸਿੰਗ ઓਵਰ ਲੈਸ ਡੈਮੇਜਿੰਗ ਹੋਵੇ ਤਾਂ ਅਸੀਂ ਕਿੰਨਾ ਇਹਨੂੰ ਕਲੀਨ એનર્ਜੀ ਕਰ ਸਕੀਏ ਉਹਦੇ ਵਾਸਤੇ ਪੈਸੇ ਦੇਈਏ ਨਾ ਕਿ ਅਸੀਂ ਇੱਕ ਸਟੈਪ ਪਿੱਛੇ ਵੜ ਕੇ ਫਾਸਲ ਫਿਊਲ ਦੇ ਉਹਨੂੰ ਬਰਨ ਕਰਨ ਵਾਸਤੇ ऐसे दइए जी एब्सोल्युटली आई मीन ट्रेड नु लाके आई थिंक रणदीप जी इट्स um, सीम्स के ए, ए, काफी जो uh, इनने साला दी को uh, डिपेंडेंस इस दो कंट्रीज दे विच एग्जिस्ट ਕਰਦੀ ਹੈ ਉਸ ਚੀਜ਼ ਨੂੰ ਕੋਈ ਵੀ ਇੱਕ ਪ੍ਰੈਜ਼ੀਡੈਂਟ ਜ਼ਿਆਦਾ ਨਹੀਂ ਲੌਂਗ ਟਰਮ ਡੈਮੇਜ ਨਹੀਂ ਕਰ ਸਕਦਾ ਆਫ ਕੋਰਸ ਛੋਟੀ ਮੋਟੀ ਬੈਕ ਐਂਡ ਫੋਰਸ ਹੁੰਦੀ ਰਹਿੰਦੀਆਂ ਬਟ ਓਵਰ ਆਲ ਤੁਸੀਂ ਕੌਨਫੀਡੈਂਟ ਹੋ ਕਿ ਜਿੱਥੇ ਟ੍ਰੇਡ ਤੇ ਜੋ ਇਹ ਓਵਰਲੈਪ ਇਕਨੋਮੀ ਦੇ ਕੁਝ ਸੈਕਟਰਸ ਹਨ ਕੈਨੇਡਾ ਔਰ ਯੂਐਸ ਦੇ ਵਿੱਚ ਲਾਰਜਲੀ ਉਹ ਉਹ ਸਹੀ ਰਨ ਰਹਿਣਗੇ ਦੈ ਦੇ ਕੰਟੀਨਿਊ ਬਿਜ਼ਨਸ ਐਸ ਯੂਜੂਅਲ ਰਿਗਾਰਡਲੈਸ ਆਫ ਕੌਣ ਪ੍ਰੈਜ਼ੀਡੈਂਟ ਆਂਦਾ ਹੈ ਜਾਂ ਤੁਹਾਨੂੰ ਕੋਈ ਇਸ ਚੀਜ਼ ਤੇ ਕਨਸਰਨ ਹੈਗਾ ਅਦੇ ਦੇਖੋ ਆਈ ਥਿੰਕ ਰਿਗਾਰਡਲੈਸ ਜਿਹੜਾ ਪ੍ਰੈਜ਼ੀਡੈਂਟ ਆਊਗਾ ਅਸੀਂ ਉਹਨਾਂ ਨਾਲ ਕੰਮ ਕਰਨਾ ਅਸੀਂ ਅਸੀਂ ਉਹਨਾਂ ਨਾਲ ਕਮਿਟਮੈਂਟ ਇੱਕ ਵਰਕ ਕਰਾਂਗੇ ਉਹਨਾਂ ਦੇ ਨਾਲ ਤੇ ਅਸੀਂ ਟ੍ਰੇਡ ਵਪਾਰ ਲੋਕ ਭਾਈਚਾਰੇ ਦੀ ਸਾਂਝ ਇਸੇ ਤਰ੍ਹਾਂ ਕਲਚਰ ਸਾਂਝਾ ਇਸੇ ਤਰ੍ਹਾਂ ਰੱਖਾਂਗੇ ਇਸੇ ਤਰ੍ਹਾਂ ਅਸੀਂ ਇਨਕਰੀਸ ਰੱਖਾਂਗੇ ਔਰ ਅਸੀਂ ਹਮੇਸ਼ਾ ਜਿਹੜਾ ਵੀ ਪ੍ਰੈਜ਼ੀਡੈਂਟ ਯੂਐਸ ਦਾ ਆਇਆ ਉਹਦੇ ਨਾਲ ਅਸੀਂ ਵਰਕ ਕੀਤਾ ਔਰ ਵਾਈਸ ਵਰਸਾ ਯੂਐਸ ਨੇ ਜਿਹੜਾ ਵੀ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸਾਡਾ ਕੈਨੇਡਾ ਦਾ ਹੋਇਆ ਜਿਹਾ ਗਵਰਨਮੈਂਟ ਹੋਈ ਉਹਨਾਂ ਨਾਲ ਕੰਮ ਕੀਤਾ ਅਸੀਂ ਇਸੇ ਤਰ੍ਹਾਂ ਕਰਾਂਗੇ ਸੋ ਸਾਡੇ ਜਿਹੜੇ ਕਰੰਟ ਫਾਈਨੈਂਸ ਮਿਨਿਸਟਰ ਹੈਗੇ ਜੋ ਕਿ ਪਹਿਲਾਂ ਫੌਨ ਮਿਨਿਸਟਰ ਵੀ ਰਹੇ ਉਹਨਾਂ ਦਾ ਵੀ ਬਹੁਤ 트੍ਰੰਪ ਪਰਿਵਾਰ ਦੇ ਨਾਲ ਵਧੀਆ ਰਿਲੇਸ਼ਨਸ ਹੈਗੇ ਆ ਆ ਸੋ ਇਸੇ ਤਰ੍ਹਾਂ ਜੀ ਯੋਰ ਬਾਈਡਨ ਉਹਨਾਂ ਦੇ ਵਾਈਫ ਉਹਦੇ ਸਾਈਡ ਕਾਫੀ ਫਰਸਟ ਵਾਈਫ ਕੈਨੇਡਾ ਦੇ ਜਿਹੜਾ ਕਮਲਾ ਹੈਰਿਸ ਜਿਹੜੇ ਹੈ ਯਾ ਪਰ ਮਮ ਟੋਟ देयर ਹੰਜੀ ਹੰਜੀ ਮਮ ਪ੍ਰੋਫੈਸਰ ਹੈ ਜੋ ਸਾਡੀ ਸਾਝਾ ਕਾਫੀ ਹੈ ਗਿਆ ਇਹਨਾਂ ਦੇ ਨਾਲ ਵੀ ਟਰੰਪ ਸਾਹਿਬ ਦੇ ਨਾਲ ਵੀ ਅਸੀਂ ਜਿਹੜਾ ਵੀ ਆਊਗਾ ਉਨਾ ਦੇ ਨਾਲ ਅਸੀਂ ਰਿਲੇਸ਼ਨ ਜਰੂਰ ਉਸੇ ਤਰ੍ਹਾਂ ਰੱਖਾਂਗੇ ਜੀ ਬਟ ਵੀ ਕੈਨ ਹੋਪ ਕਿ ਜੋ ਵੀ ਆਂਦਾ ਹੈ ਐਟਲੀਸਟ देयर विल बी ਅ ਲिटल ਬੀ ਮੋਰ ਰਿਸਪੈਕਟ ਤੁਹਾਡੇ ਪ੍ਰਧਾਨ ਮੰਤਰੀ ਲਈ ਇਸ ਤਰ੍ਹਾਂ ਦੀ ਨੇਮ ਕਾਲਿੰਗ ਸ਼ਾਇਦ ਨਾ ਵੇਖਣ ਨੂੰ ਮਿਲੇ ਹੌਫਫੁਲੀ ਜਿਸ ਤਰ੍ਹਾਂ ਦੀ ਸਾਨੂੰ ਪ੍ਰੀਵੀਅਸਲੀ ਵੇਖਣ ਨੂੰ ਮਿਲੀ ਆਈ ਥਿੰਕ देयर ਹਸ ਬੀਨ ਸਮ ਰੀਲੀ ਨਾਟ ਨਾਈਸ ਥਿੰਗਸ ਜਸਟਿਨ ਟ੍ਰੂਡੋ ਬਾਰੇ ਜੋ ਪ੍ਰੈਜ਼ੀਡੈਂਟ ਟ੍ਰੰਪ ਨੇ ਕਈ ਵੀ ਹੈਗੀ ਟਵੀਟ ਵੀ ਕੀਤੀਆਂ ਸੋ ਲੈਟਸ ਸੀ ਕਿ ਕਿਸ ਤਰ੍ਹਾਂ ਇਹ ਚੀਜ਼ ਪਲੇ ਆਊਟ ਹੁੰਦੀ ਹੈ ਆਈ ਵਾਂਟ ਟੂ ਡਿਸਕਸ ਅ ਲिटल ਬਿਟ ਅਬਾਊਟ ਜਿੱਥੇ ਕੰਸਰਵੇਟਿਵ ਤੇ ਲਿਬਰਲਸ ਦੀ ਗੱਲ ਆਉਂਦੀ ਹੈ ਅਮ ਯੂਨਾਈਟਿਡ ਸਟੇਟਸ ਵਿੱਚ ਐਟ ਲੀਸਟ ਕੰਸਰਵੇਟਿਜ਼ਮ ਦਾ ਚਿਹਰਾ ਪਿਛਲੇ 4 ਸਾਲਾਂ ਵਿੱਚ ਚੇਂਜ ਹੋਇਆ ਹੈ ਕਿ ਕਿਸ ਤਰ੍ਹਾਂ ਮਾਡਰਨ ਡੇ ਕੰਸਰਵੇਟਿਜ਼ਮ ਨੂੰ ਇੱਥੇ ਵੇਖਿਆ ਜਾਂਦਾ ਹੈ ਆਈ ਵਾਂਟ ਯੂਰ ਕਮੈਂਟਸ ਔਨ 댓 ਬਟ ਇਥੇ ਟੋਟਜੀ ਬ੍ਰੇਕ ਲਈ ਲੁਕਦੇ ਆ ਵੀਰਸ ਇਸ ਵੀ ਸਾਈਡ ਨਾਲ ਇਸ ਤਰ੍ਹਾਂ ਬਨੇ ਰੋ ਮਿਲਦੇ ਆ ਬ੍ਰੇਕ ਦੋਸਤ ਪਰ ਬ੍ਰੇਕ ਦੋ ਇੱਕ ਬਾਰੀ ਫੇਰ ਸਾਰੇ ਅੰਦਰ ਸਵਾਗਤ ਹੈ ਮੜ ਹਾਜ਼ਰ ਹੋਏ ਆ ਗੱਲ ਹੋ ਰਹੀ ਹੈ ਕਿ ਯੂਐਸ ਕੈਨੇਡਾ ਰਿਲੇਸ਼ਨਸ ਦੇ ਕਿਸ ਤਰ੍ਹਾਂ ਦਾ ਇੰਪੈਕਟ ਪਾਊਗਾ ਡਿਪੈਂਡਿੰਗ ਔਨ ਟਿਊਜ਼ਡੇ ਨੂੰ ਕੌਣ ਜਿੱਤਦਾ ਹੈ ਇੱਥੇ ਦੇ ਫੈਡਰਲ ਇਲੈਕਸ਼ਨਸ ਦੇ ਵਿੱਚ ਤੇ ਸਾਡੇ ਨਾਲ ਜੁੜੇ ਹਨ ਸਰੀ ਕੈਨੇਡਾ ਤੋਂ ਮੈਂਬਰ ਪਾਰਲੀਮੈਂਟ ਮਿਸਟਰ ਰਣਜੀਤ ਸਿੰਘ ਸਰਾਏ ਰਣਜੀਤ ਜੀ ਇੱਕ ਬਾਰੀ ਫੇਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਰਣਜੀਤ ਜੀ ਤੁਸੀਂ ਐਜ਼ ਮੈਂਬਰ ਆਫ ਦੀ ਸਟੈਂਡਿੰਗ ਕਮੇਟੀ ਔਨ ਇੰਟਰਨੈਸ਼ਨਲ ਟ੍ਰੇਡ ਸਾਨੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਇਹ ਪਿਛਲੇ 4 ਸਾਲਾਂ ਨੇ ਇਸ ਰਿਲੇਸ਼ਨਸ਼ਿਪ ਨੂੰ ਅਫੈਕਟ ਕੀਤਾ ਤੁਹਾ ਬਾਟਮ ਲਾਈਨ ਨੂੰ ਅਫੈਕਟ ਕੀਤਾ ਹੈ ਕੈਨੇਡੀਅਨ ਸਾਈਡ ਤੇ ਤੇ ਕੀ ਆਪਾਂ ਐਂਟੀਸੀਪੇਟ ਕਰ ਸਕਦੇ ਆ ਡਿਪੈਂਡਿੰਗ ਔਨ ਹੂ ਕਮਸ ਨੈਕਸਟ ਇਹ ਤਾਂ ਚਲੋ ਟਰੇਡ ਤੇ ਜੋ ਮਾਰਕੀਟਸ ਦੀ ਇਕਨੋਮੀ ਦੀ ਇਨਵੋਲਵਮੈਂਟ ਹੈਗੀ ਜੋ ਇਨਸਾਲ ਨਾਲ ਤਾਂ ਡਿਵੈਲਪ ਹੋਈ ਹੈ ਥੈਟ ਉਹ ਇਨਨੇ ਛੋਟੇ ਸਮੇਂ ਚ ਜ਼ਿਆਦਾ ਨਹੀਂ ਤੁਸੀਂ ਹਿਲਾ ਸਕਦੇ ਕੋਸ਼ਿਸ਼ ਕਰਦੇ ਹੋਏ ਭੀ ਬਟ ਇੱਕ ਚੀਜ਼ ਹੈਗੀ ਜੋ ਕਾਫੀ ਤੇਜ਼ੀ ਨਾਲ ਚੇਂਜ ਹੋਈ ਹੈ ਯੂਨਾਈਟਿਡ ਸਟੇਟਸ ਦੇ ਵਿੱਚ ਉਹ ਹੈਗੀ ਇੱਥੇ ਦੀ ਰਿਪਬਲਿਕਨ ਪਾਰਟੀ ਇੱਥੇ ਦੀ ਕੰਜ਼ਰਵੇਟਿਵ ਵਿੰਗ ਐਂਡ ਆਈਡੀਓਲੋਜੀ ਜਿੱਥੇ ਇੱਥੇ ਦੀ ਟਰੈਡੀਸ਼ਨਲ ਕੰਜ਼ਰਵੇਟਿਜ਼ਮ ਜੋ ਉਸੂਲਾਂ ਦੇ ਮੁਤਾਬਕ ਚੱਲਦੀ ਸੀ ਉਹ ਅੱਜ ਇੰਨੀ ਜ਼ਿਆਦਾ ਵੇਖਣ ਨੂੰ ਨਹੀਂ ਮਿਲ ਰਹੀ ਉਸ ਚੀਜ਼ ਨੂੰ ਲੈ ਕੇ ਤੁਹਾਡਾ ਕੀ ਖਿਆਲ ਹੈ ਕਿ ਕਿੰਨਾ 스ਪਿਲ ਓਵਰ ਹੋ ਰਿਹਾ ਹੈ ਕੈਨੇਡੀਅਨ ਸਾਈਡ ਤੇ ਅਮ ਅਗਰ ਆਪਾਂ ਗੱਲ ਕਰਦੇ ਹਾਂ ਐਕਸਟ੍ਰੀਮ ਰਾਈਟ ਵਿੰਗ ਅਜੰਡਾ ਦੀ ਜੋ ਯੂਨਾਈਟਿਡ ਸਟੇਟਸ ਵਿੱਚ ਉਭਰ ਕੇ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਕੁਝ ਰੀਸੈਂਟ ਸਾਲਾਂ ਤੋਂ ਅਮ ਉਸ ਚੀਜ਼ ਦਾ ਤੁਹਾਨੂੰ ਆਪਣੀ ਸਾਈਡ ਤੇ ਕੋਈ ਇੰਪੈਕਟ ਫੀਲ ਹੋ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਯੂ ਨੋ ਤੁਹਾਡੀ ਗਵਰਨਮੈਂਟ ਬਾਡੀ ਦੇ ਵਿੱਚ ਤੁਹਾਡੇ ਕੰਸਟੀਟੂਐਂਸੀ ਦੇ ਵਿੱਚ ਇੱਕ ਗਰੋਇੰਗ ਕਨਸਰਵੇਟਿਜ਼ਮ ਐਂਡ ਉਹ ਵੀ ਇਜ਼ ਨੋਵੇ ਆਪਾਂ ਕਹਿ ਸਕਦੇ ਆ 트럼ਪ ਬ੍ਰਾਂਡ ਆਫ ਕਨਸਰਵੇਟਿਜ਼ਮ ਦੀ ਕੋਈ ਨਵੀਂ ਵੇਵ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ ਦੇਖੋ ਜਿਹੜਾ ਪੌਪੂਲਿਜ਼ਮ ਆਪਾਂ ਕਹਿੰਦੇ ਆ ਕਨਸਰਵੇਟਿਜ਼ਮ ਜਿਹੜਾ ਕੋਈ ਵੀ ਪੌਪੂਲਿਜ਼ਮ ਜਿਹਦੇ ਵਿੱਚ ਗਏ ਵਰੀ ਲੋਕਾਂ ਦੇ ਰੌਅ ਮੋਸ਼ਨਸ ਨੂੰ ਜਾਂ ਪ੍ਰੈਜਡਿਸ ਨੂੰ ਕੇਵਰੇ ਜਗਾ ਕੇ ਅਸੀਂ ਗੱਲ ਕਰਦੇ ਉਹ ਟਾਈਪ ਆਫ ਕੰਸਰਵੇਟਿਜ਼ਮ ਉਹ ਕਾਫੀ ਡੇਂਜਰਸ ਆ ਉਹ ਤੁਸੀਂ ਯੂਐਸਟੀਵੀ ਪਿਛਲੇ ਦੰ ਚਾਰ ਸਾਲਾਂ ਦੇ ਦੇਖਿਆ ਉਹਦਾ ਉਹਦਾ ਇੰਪੈਕਟ ਕੀ ਹੁੰਦਾ ਰਾਈਟਸ ਕਿਵੇਂ ਹੁੰਦੀ ਆ ਤੇ ਭਾਈਚਾਰੇ ਦੇ ਵਿੱਚ ਕਿੰਨਾ ਵਿਗਨ ਪੈਂਦਾ ਕੈਨੇਡਾ ਸੋ ਫਾਰ ਕਾਫੀ ਲੱਕੀ ਆ ਕਿ ਉਹਦਾ ਇਨਾ ਇੰਪੈਕਟ ਨਹੀਂ ਹੋਇਆ ਇੱਥੇ ਕੈਨੇਡਾ ਦੇ ਵਿੱਚ ਸਾਡੇ ਜਿਹੜੀ ਕੰਸਰਵੇਟਿਵ ਪਾਰਟੀ ਵੀ ਆ ਜਨਰਲੀ ਸਮਾਲ ਸੀ ਕੰਸਰਵੇਟਿਵ ਪਾਰਟੀ ਆ ਉਹਨੇ ਸੋਸ਼ਲ ਜਿਹੜੇ ਇਸ਼ੂਸ ਦੇ ਵਿੱਚ ਪੋਪੁਲਿਜ਼ਮ ਤੋਂ ਉਹਦੇ ਨਹੀਂ ਕੀਤਾ ਪਰ ਜਦੋਂ ਵੀ ਕਿ ਦੇ ਐਕਸਟਰਾ ਡਾਇਟੀਆਂ ਹੋਈਆਂ ਉਹਨਾਂ ਦਾ ਖਤਰਾ ਸਾਡੇ ਤੇ ਵੀ ਪੈਂਦਾ ਇੰਪੈਕਟ ਜਿਵੇਂ ਮੈਂ ਦੱਸਿਆ ਜਦੋਂ ਤੁਸੀਂ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਤੁਹਾਡੀ ਜੋ ਕਲਚਰਲ ਹੈਗਾ ਸਾਜ ਇੰਨੀ ਜਿਆਦੀ ਹੈ ਇੰਪੈਕਟ ਤਾਂ ਜ਼ਰੂਰ ਪੈਂਦਾ ਸੋ ਖਾਸ ਕਰਕੇ ਜਿਹੜੀਆਂ ਚੀਜ਼ਾਂ ਅੱਗੇ ਆਪਾਂ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਇਸ ਖਾਲ ਦੇ ਉਹਨੇ ਕਾ ਚੀਜ਼ ਨਹੀਂ ਤੁਸੀਂ ਕਦੇ ਕਹਿਣੀ ਵਿਦਕਰਾ ਦੀ ਗੱਲ ਕਦੇ ਕਰਨੀ ਨਹੀਂ ਹੈਗੀ ਉਹ ਜਦੋਂ ਤੁਹਾਡਾ ਪ੍ਰੈਜ਼ੀਡੈਂਟ ਹੀ ਕਰ ਲਾ ਪੈਂਦਾ ਜਾਂ ਬੋਲਦਾ ਉਸ ਤਰ੍ਹਾਂ ਤੇ ਉਹ ਨੈਚੁਰਲੀ ਜਿਹਨੇ ਤੁਹਾਡੇ ਫੇ ਕੇਵਰ ਪ੍ਰੈਜਰਸ ਜਿਹਨਾਂ ਤੁਸੀਂ ਆਪਣੇ ਆਪ ਹੀ ਕੰਡੀਸ਼ਨ ਕਰਕੇ ਕਹਿੰਨੇ ਕਿ ਹਾਂ ਨਹੀਂ ਵਾਕਈ ਵਿਚਕ ਮੇਰਾ ਦਿਮਾਗ ਕਹਿ ਰਿਹਾ ਕਿ ਸ਼ਾਇਦ ਇਹ ਹੋਊਗਾ ਟਰੂ ਪਰ ਮੈਂ ਪੜਿਆ ਕਿ ਇਸ ਤਰ੍ਹਾਂ ਸਾਡੇ ਸੂਲ ਦੇ ਮਤਵਕ ਅਸੀਂ ਨਹੀਂ ਕਰਨਾ ਚਾਹੁੰਦਾ ਜਦੋਂ ਤੁਹਾਨੂੰ ਥੋੜੀ ਖੋਲ ਮਿਲ ਜਾਂਦੀ ਆ ਲੀਡਰਸ਼ਿਪ ਵੱਲੋਂ ਫਿਰ ਉਹ ਅਨਲੀਸ਼ ਹੋਣ ਲੱਗ ਪੈਂਦੀ ਔਰ ਉਹ ਇਫੈਕਟ ਸਾਨੂੰ ਵੀ ਇੱਥੇ ਦਿਸਿਆ ਸਾਡੇ ਮਰਜ਼ੇ ਦਾ ਵੀ ਸ਼ੂਟਿੰਗ ਹੋਈਆਂ ਸਾਡੇ ਜੂਇਸ਼ सिनेਗੋਗਸ ਤੇ ਵੀ ਅਟੈਕ ਹੋਏ ਪਬਲੀਕਲੀ ਏਸ਼ੀਅਨਸ ਦੇ ਅਗੇ ਜਿਹੜੇ ਸਾਡੇ ਚਾਈਨੀਜ਼ ਹੈਗੇ ਆ ਇੱਥੇ ਤੁਹਾਡੇ ਫਲੂ ਦੇ ਕਮੈਂਟਸ ਕਰਕੇ ਉਹਦੇ ਕਰਕੇ ਉਹਨਾਂ ਨਾਲ ਵੀ ਵਿਵਾਦ ਕਰავਿਆ ਔਰ ਅਸੀਂ ਇਹ ਡਾਇਰੈਕਟਲੀ ਤਾਂ ਨਹੀਂ ਕਹਿ ਸਕਦੇ ਪਰ ਨੋਟ ਕੀਤਾ ਕਿ ਜਦੋਂ ਉਹ ਕਮੈਂਟਸ ਯੂਐਸ ਦੇ ਵਿੱਚ ਕਹੇ ਗਏ ਉਹਦਾ ਇੰਪੈਕਟ ਸਾਡੇ ਕੈਨੇਡਾ ਦੇ ਵਿੱਚ ਪਿਆ ਤੇ ਉਸ ਕਮਿਊਨਿਟੀਆਂ ਨੂੰ ਇੰਪੈਕਟ ਉਹਦਾ ਹੋਇਆ ਸੋ ਇਹ ਜ਼ਰੂਰ ਇੰਪੈਕਟ ਹੁੰਦਾ ਉਸ ਚੀਜ਼ ਦੇ ਵਿੱਚ ਮੈਂ ਬਹੁਤ ਖਾਸ ਕਰਕੇ ਬਾਕੀ ਟ੍ਰੇਡ ਪਾਲਿਸੀਜ਼ ਦੀ ਹਰ ਇੱਕ ਦਾ ਫਰਕ ਪੈਸਾ ਦਾ ਫਲਸਫੀ ਨੋ ਰਸਰਦੀਆ ਪਰ ਜਦੋਂ ਲੀਡਰਸ਼ਿਪ ਜਿਵੇਂ ਉਹ ਬੋਲਦੀ ਆ ਔਰਤਾਂ ਦੇ ਹੱਕਾਂ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ ਉਹ ਉਹਨਾਂ ਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ ਕਿਉਂਕਿ ਉਹ ਤੁਹਾਡੇ ਰੋਲ ਮਾਡਲ ਹੁੰਦੇ ਆ ਉਹ ਤੁਹਾਡਾ ਸਟੈਂਡਰਡ ਹੁੰਦੇ ਬੈਂਚਮਾਰਕ ਹੁੰਦੇ ਜਿੱਥੋਂ ਤੁਸੀਂ ਬਾਕੀ ਸਾਰੀ ਕੰਟਰੀ ਨੇ ਜੁਡੀਸ਼ਰੀ ਨੇ ਪੁਲਿਸ ਭਾਈ ਜਾ ਰਹੇ ਨੇ ਤੀਜਰਨ ਨੇ ਸੇਤ ਲੈਣੀ ਹੁੰਦੀ ਆ ਕਿ ਅਸੀਂ ਉਹ ਤੋਂ ਕਰਨਾ ਚਾਹੀਏ ਉਹਨਾਂ ਨੇ ਸਹਿਮਤ ਜ ਨਹੀਂ ਪਟੋਨ ਜਿਹੜੀ ਹੈਗੀ ਆ ਉਹ ਬਹੁਤ ਵਕਰੀ ਜ ਹੁੰਦੀ ਆ ਜੀ ਐਬਸੋਲੂਟਲੀ ਐਂਡ ਜਿੱਥੇ ਟੋਨ ਦੀ ਗੱਲ ਆਉਂਦੀ ਹੈ ਆਈ ਮੀਨ ਆਮ ਆਫ ਕੋਰਸ ਇਹ ਜੋ ਰਾਈਜ਼ ਇਨ ਪੋਪੂਲਿਜ਼ਮ ਤੁਸੀਂ ਕਹਿ ਲੋ ਸੈਂਟੀਮੈਂਟ ਜਿਹਨੂੰ ਐਕਸਟ੍ਰੀਮ ਐਕਸਟ੍ਰੀਮਿਸਟ ਵਿਊਜ਼ ਜਾਂ ਫੈਨੈਟਿਸਿਜ਼ਮ ਵੀ ਤੁਸੀਂ ਕਹਿ ਸਕਦੇ ਹੋ ਡੈਫੀਨਿਟਲੀ ਗਰੋਇੰਗ ਹੈ ਬਟ ਇਹਦੇ ਨਾਲ ਜੁੜੀ ਹੋਈ ਆਫ ਕੋਰਸ ਕੁਝ ਇਹੋ ਜੀ ਆਪਾਂ ਕਹਿ ਸਕਦੇ ਆ ਜੀਓ ਪੋਲਿਟੀਕਲ ਇਸ਼ੂ ਜੋਸ ਬਹੀ ਅਰਾਈਜ਼ ਹੁੰਦੇ ਹੈ ਜਿਨ੍ਹਾਂ ਨੂੰ ਲੈ ਕੇ ਆਈ ਥਿੰਕ ਯੂਐਸ ਕੈਨੇਡਾ ਟ੍ਰੈਡੀਸ਼ਨਲੀ ਅ ਪਾਰਟਨਰ ਰਹਾ ਹੈ ਬਟ ਕੁਝ ਪਿਛਲੇ ਸਾਲਾਂ ਦੇ ਵਿੱਚ ਸਾਨੂੰ ਇਹ ਪਾਰਟਨਰਸ਼ਿਪ ਡਿਟੀਰੀਏਟ ਹੋਤੀ ਹੁੰਦੀ ਹੋਈ ਦਿਸੀ ਹੈ ਮੈਂ ਉਹਦੇ ਤੇ ਤੁਹਾਡਾ ਕਮੈਂਟ ਲੈਣਾ ਚਾਹਾਂਗੀ ਜਿਸ ਤਰ੍ਹਾਂ ਕੈਨੇਡਾ ਦੇ ਕੁਝ ਡਿਪਲੋਮੈਟਿਕ ਇਸ਼ੂਜ਼ ਰਹੇ ਹਨ ਆਪਾਂ ਵਿੱਚ ਉਹ ਚਾਈਨਾ ਹੋਏ ਰਸ਼ੀਆ ਹੋਏ ਸਾਊਦੀ ਅਰੇਬੀਆ ਹੋਏ ਇਹਨਾਂ ਦੇ ਵਿੱਚ ਜਿੱਥੇ ਇਨ ਦਾ ਪਾਸਟ ਯੂਐਸ ਡਟ ਕੇ ਕੈਨੇਡਾ ਦੇ ਨਾਲ ਖੜਾ ਸੀਗਾ ਇਨ ਕੁਝ ਸਾਲਾਂ ਵਿੱਚ ਸਾਨੂੰ ਇਸ ਤਰ੍ਹਾਂ ਦੀ ਸਪੋਰਟ ਨਹੀਂ ਦਿੱਸੀ ਅਮ ਤੁਹਾਡੇ ਖਿਆਲ ਚ ਵਰਲਡ ਸਟੇਜ ਦੇ ਵਿੱਚ ਕੈਨੇਡਾ ਨੂੰ ਇਸ ਚੀਜ਼ ਦਾ ਕਿਸ ਤਰ੍ਹਾਂ ਦਾ ਇੰਪੈਕਟ ਹੋਇਆ ਹੈ ਆ ਨਾਟ ਹੈਵਿੰਗ ਦ ਯੂਨਾਈਟਿਡ ਸਟੇਟਸ ਐਜ਼ ਅ ਰਿਲਾਈਅਬਲ ਪਾਰਟਨਰ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਜਾਂ ਇਹੋ ਜੀ ਹੁਣ ਅਮ ਵਾਂਸ ਅਗੇਨ ਇਸ਼ੂਜ਼ ਅਰਾਈਜ਼ ਹੁੰਦੇ ਆ ਵਿਦ ਸਰਟਨ ਬੈਡ ਐਕਟਰਸ ਰਾਈਟ ਨਾਨ ਐਲਾਈਜ਼ ਅਮ ਉਥੇ ਅਗਰ ਆਪਾਂ ਗੱਲ ਕਰੀਏ ਕੈਨੇਡਾ ਤੇ ਕਿਸ ਤਰ੍ਹਾਂ ਦਾ ਇੰਪੈਕਟ ਹੋਇਆ ਹੈ ਲੂਜ਼ਿੰਗ ਦ ਸਪੋਰਟ ਆਫ ਦ ਯੂਨਾਈਟਿਡ United States in these kind of times? ਦੇਖੋ ਇਹ ਜਦੋਂ ਟ੍ਰਾਈਂਗ ਟਾਈਮਸ ਹੁੰਦੇ ਉਦੋਂ ਤੁਹਾਨੂੰ ਆਪਣੇ ਦੋਸਤਾਂ ਦੇ ਆਪਣੇ ਐਲਾਈਜ਼ ਦੇ ਉੱਤੇ ਰਿਲਾਈ ਕਰਨਾ ਪੈਂਦਾ ਸਾਡੇ ਦੋ ਮਾਈਕਲਸ ਹੈਗੇ ਆ ਜਿਹੜੇ ਕਿ ਚਾਈਨਾ ਦੇ ਵਿੱਚ ਫਾਲਸਲੀ ਡਿਟੇਨ ਕੀਤੇ ਗਏ ਉਹ ਇਸੇ ਕਰਕੇ ਕਿਉਂਕਿ ਕੈਨੇਡਾ ਨੇ ਯੂਐਸ ਦੀ ਯੂਐਸ ਦੇ ਨਾਲ ਖੜੇ ਹੋਏ ਆ ਜਦੋਂ ਯੂਐਸ ਨੇ ਅਰੈਸਟ ਵਾਰੰਟ ਇਸ਼ੂ ਕੀਤੇ ਸੀਗੇ ਵਾਵੇ ਦੇ ਐਗਜ਼ੀਕਿਟਿਵ ਉਹਨਾਂ ਦੀ ਲੜਕੀ ਜੋ ਕਿ ਸੀਐਫਓਸੀ ਮੈਂਗਰੇ ਦੇ ਵਾਸਤੇ ਤਾਂ ਕੈਨੇਡਾ ਨੇ ਉਹਦੇ ਉੱਤੇ ਐਕਟ ਕਰ ਦਿਆ ਉਹ ਸਾਡੀ ਜ਼ਿੰਮੇਵਾਰੀ ਹੈ ਸਾਡਾ ਟ੍ਰੀਟੀ ਦੇ ਇਨਸਾਫ ਦਾ ਫਰਜ ਬੰਦਾ ਸਾਡਾ ਕਰਨ ਨੂੰ ਅਸੀਂ ਉਹਨੂੰ ਅਰੇਸਟ ਕੀਤਾ ਨਾਲ ਕਿ ਉਹ ਕੋਈ ਕੈਨੇਡਾ ਦਾ ਹੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੁਣ ਸਿਰਫ ਅਮਰੀਕਨ ਕਾਨੂੰਨ ਦੀ ਉਲੰਘਣਾ ਕੀਤੀ ਆ ਉਹਦੇ ਪੱਖੋਂ ਸਾਨੂੰ ਕਾਫੀ ਰੈਟ੍ਰਿਬਿਊਸ਼ਨ ਹੋਇਆ ਚਾਈਨਾ ਨੇ ਆਰਬਿਟਰਾਰੀਲੀ ਦੋ ਵਿਅਕਤੀ ਡਿਟੇਨ ਕਰਕੇ ਉਹਨਾਂ ਨੂੰ ਕਾਫੀ ਸੋਲੀਟਰੀ ਕਨਫਾਈਨਮੈਂਟ ਦੇ ਵਿੱਚ ਰੱਖ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਜਿੱਥੇ ਸਾਨੂੰ ਉਹ ਅਮਰੀਕਨ ਸਪੋਰਟ ਉੱਤੇ ਚਾਹੀਦੀ ਇਥੇ ਕੋਈ ਨਹੀਂ ਮਿਲੀ ਜਿਵੇਂ ਤੁਸੀਂ ਕਿਹਾ ਔਰ ਇਹ ਜੇ ਅਸੀਂ ਇਕੱਠੇ ਰੱਖ ਕੇ ਨਹੀਂ ਕਰਦੇ ਜਿਹੜੇ ਫੇ ਨਾਨ ਅਲਾਈਡ ਐਕਟਰਸ ਜਾਂ ਦੂਸ ਵਰਲਡ ਦੇ ਵਿੱਚ ਜਿਹੜੇ ਕਿ ਉਹ ਬੋਲੀ ਕਰਨ ਲੱਪਣਗੇ ਕਲੈਕਟਿਵਲੀ ਸਾਡੀ ਪਾਵਰ ਬਹੁਤ ਹੈ ਯੂਰੋਪੀਅਨ ਯੂਨੀਅਨ ਵੀ ਤਾਂ ਦੇ ਕਲੈਕਟਿਵਲੀ ਇਕੱਠਾ ਹੋਇਆ ਸੀ ਇਸ ਬੈਨਰ ਦੇ ਅੰਦਰ ਤਾਂ ਕਿ ਉਹ ਰਸ਼ੀਅਨ ਅਗਰੈਸ਼ਨ ਨੂੰ ਉਹ ਕਾਊਂਟਰ ਕਰ ਸਕਦਾ ਨੇਟੋ ਇਸੇ ਕਰਕੇ ਬਣੀ ਸੀ ਤਾਂ ਕਿ ਜਿਹੜੇ ਵਰਲਡ ਦੇ ਯੂਰੋਪੀਅਨ ਕੈਨੇਡਾ ਤੇ ਯੂਐਸ ਇਕੱਠੇ ਰਲ ਕੇ ਰਸ਼ੀਅਨ ਅਗਰੈਸ਼ਨ ਜਾਂ ਹੋਰ ਮੁਲਕਾਂ ਨੂੰ ਅਪੋਜ਼ ਕਰ ਸਕਦੇ ਇਸੇ ਤਰ੍ਹਾਂ ਜਿਹੜੇ ਆਸ਼ੀਆਨ ਕੰਟਰੀਸ ਹੈਗੀਆਂ ਜਿਨ੍ਹਾਂ ਦੇ ਵਿੱਚੋਂ ਫ੍ਰੀ ਟ੍ਰੇਡ ਡੀਲ ਕੀਤੀ ਗਈ ਸੀ ਉਹ ਵੀ ਇਸੇ ਤਰ੍ਹਾਂ ਇੱਕ ਬਣਾਈ ਜਾ ਰਹੀ ਸੀ ਕਿ ਚਾਈਨਾ ਦਾ ਜਿਹੜਾ ਅਗਰੈਸਿਵ ਟ੍ਰੇਡ ਪੋਜ਼ੀਸ਼ਨ ਨੂੰ ਬੈਲੈਂਸ ਕਰਨ ਵਾਸਤੇ ਜਾਪਾਨ, ਟਾਈਵਾਨ, ਵਿਏਟਨਾਮ ਇਹਨਾਂ ਦੇ ਨਾਲ ਕੀਤੀ ਜਾ ਰਹੀ ਉਹਦੇ ਵਿੱਚ ਯੂਐਸ ਨੇ ਨਹੀਂ ਪਾਰਟਿਸਿਪੇਟ ਕੀਤਾ ਕਿ ਜਿਹੜਾ ਕਿ ਨਾਰਮਲੀ ਉਹ ਪਾਰਟਿਸਿਪੇਟ ਜ਼ਰੂਰ ਕਰਦੇ ਹੁੰਦੇ ਆ ਸੋ ਇਹ ਚੀਜ਼ ਦੇ ਨਾਲ ਜਦੋਂ ਉਹ ਰਿਟ੍ਰੀਟ ਕੀਤਾ ਉਹਦੇ ਨਾਲ ਜਿਹੜੀਆਂ ਦੂਸਰੀਆਂ ਸੁਪਰ ਪਾਵਰਸ ਕਹਿੰ ਲੋ ਚਾਈਨਾ, ਰੂਸ਼ੀਆ ਇਹੋ ਦਾ ਐਡਵਾਂਟੇਜ ਲਈ ਜਾਂਦੀ ਆ ਔਰ ਖਾਸ ਕਰਕੇ ਅਫਰੀਕਨ ਕੰਟੀਨੈਂਟ ਦੇ ਵਿੱਚ ਏਸ਼ੀਆ ਦੇ ਵਿੱਚ ਈਸਟਰਨ ਯੂਰੋਪੀਅਨ ਦੇ ਯੂਰਪ ਦੇ ਵਿੱਚ ਉਹ ਉਹਦਾ ਫੈਲਾ ਕਿ ਉਹ ਆਪਣੇ ਫੁੱਟਪੋਲਡ ਰੱਖ ਰਿਹਾ ਜਿਹੜਾ ਕਿ ਮੁੜ ਕੇ ਉੱਥੇ ਜਾਣਾ ਸਾਨੂੰ ਬੜਾ ਮੁਸ਼ਕਲ ਹੋਣਾ ਸੋ ਇਹਦੇ ਕਰਕੇ ਆਈ ਥਿੰਕ ਯੂਐਸ ਨੂੰ ਆਪਣੀ ਜਿਹੜੀ ਫੋਰਨ ਪਾਲਿਸੀ ਆਉ ਰੀਵੈਂਪ ਕਰਨੀ ਚਾਹੀਦੀ ਆ ਕਿਉਂਕਿ ਇਹ ਦੇਖੋ ਇਹ ਅਜੀਬ ਕੰਟਰੀ ਹੈ ਕਿ ਇਹ ਜੇ ਦੇਖੋ ਪਾਵਰ ਵੀ ਆ ਗਈ ਹੈ ਦੇਖੋ ਟ੍ਰੇਡ ਅਬਿਲਿਟੀ ਵੀ ਆ ਗਈ ਹੈ ਤੇ ਦੇਖੋ ਜਿਹੜੇ ਜਨਰਲ ਪ੍ਰਿੰਸੀਪਲਸ ਐਸ ਕੰਟਰੀ ਦੇ ਜਿਹੜੇ ਫੇਅਰਨੈਸ ਵਾਲੇ ਹੈਗੇ ਆ ਹਿਊਮਨ ਰਾਈਟਸ ਵਾਲੇ ਹੈਗੇ ਆ ਉਹ ਇਹ ਦੂਸਰੇ ਦੇਸ਼ਾਂ ਦੇ ਵਿੱਚ ਵੀ ਪ੍ਰਭਾਵ ਪਾ ਸਕਦੇ ਆ ਔਰ ਕੈਨੇਡਾ ਰਕੇ ਆਲਾ ਇਸ ਦੇ ਨਾਲ ਜੀ ਐਬਸੋਲੂਟਲੀ ਅਮ ਤੁਸੀਂ ਕੁਝ ਇਨ ਅਸੂਲਾਂ ਦੀ ਗੱਲ ਕੀਤੀ ਹੈ ਐਂਡ ਆਫ ਕੋਰਸ ਯੂਨਾਈਟਿਡ ਸਟੇਟਸ ਵਿੱਚ ਅਮ ਇਹ ਰੈਪਿਊਟੇਸ਼ਨ ਹੈਗੀ ਇਟਸ ਦ ਲੈਂਡ ਆਫ ਅ ਲਾਅ ਐਂਡ ਆਰਡਰ ਇਥੇ ਦੇ ਕਾਨੂੰਨ ਇਥੇ ਦਾ ਕਾਨੂੰਨੀ ਸਿਸਟਮ ਬਹੁਤ ਅਮ ਵਧੀਆ ਮੰਨਿਆ ਜਾਂਦਾ ਦੁਨੀਆ ਦੇ ਵਿੱਚ ਸਮ ਆਫ ਦਾ ਸਟਰੋਂਗੇਸਟ ਲਾਅਸ ਅਮ ਜਿੱਥੇ ਲਾਅਸ ਤੇ ਲੀਗਲ ਸਿਸਟਮ ਦੀ ਗੱਲ ਆਂਦੀ ਹੈ ਐਂਡ ਕੁਝ ਸਟੋਰੀਜ਼ ਰੀਸੈਂਟ ਡੇਜ਼ ਵਿੱਚ ਨਿਕਲੀਆਂ ਅਮ ਜੋ ਸਾਨੂੰ ਦੱਸ ਰਹੀਆਂ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਇਸ ਇਲੈਕਸ਼ਨ ਨੂੰ ਲੈ ਕੇ you know um thori ji like loki uncertain ਹੈ ਹੈ ਕਿ ਅਗਰ ਇਹ ਇਲੈਕਸ਼ਨ ਟਿਊਸਡੇ ਨੂੰ इजीली ਆ ਪ੍ਰੋਪਰਲੀ ਡਿਸਾਈਸਿਵਲੀ ਡਿਸਾਈਡ ਨਹੀਂ ਹੁੰਦਾ ਦੰਗਾਬਾਜ਼ੀ ਹੋ ਸਕਦੀ ਹੈ ਇਸ ਚੀਜ਼ ਨੂੰ ਲੈ ਕੇ ਇਹ ਵੀ ਕੁਝ ਖਬਰਾਂ ਨਿਕਲ ਰਹੀਆਂ ਕਿ ਕੈਨੇਡਾ ਸਾਈਡ ਤੇ ਬਹੁਤ ਇਸ ਐਕਟੀਵਿਟੀ ਤੇ ਗੌਰ ਪਾਇਆ ਜਾ ਰਿਹਾ ਹੈ ਥੈਟ ਲੋਕੀ ਕਨਸਰਨ ਹਨ ਕਿ ਅਗਰ ਇਹੋ ਜਾ ਵਾਇਲੈਂਸ ਯਾ ਰਾਈਟਿੰਗ ਯਾ ਲੂਟਿੰਗ ਯਾ ਦੰਗਾਬਾਜ਼ੀ ਹੋ ਜਾਂਦੀ ਹੈ ਉਹ ਬਾਰਡਰ ਦੇ ਓਵਰਸਪਿਲ ਕਰ ਸਕਦੀ ਹੈ ਤੁਹਾਡੇ ਪਾਸੇ ਆ ਸਕਦੀ ਹੈ ਔਮ ਵਾਂਸ ਅਗੇਨ ਇਹ ਰਿਪੋਰਟਿੰਗ ਹੈਗੀ ਤੁਸੀਂ ਔਨ ਦਾ ਗਰਾਉਂਡ ਉੱਤੇ ਅਮ ਲੋਕਾਂ ਦੇ ਨਾਲ ਵਿਚਰਦੇ ਹੋ ਤੁਹਾਡਾ ਇਹ ਕੰਮ ਹੈ ਤੁਸੀਂ ਸਾਨੂੰ ਦੱਸੋ ਇਜ਼ देयर ਐਨੀ ਥਰੂਥ ਕੈਨੇਡਾ ਸਾਈਡ ਤੇ ਕੋਈ ਇਸ ਤਰ੍ਹਾਂ ਦੇ ਕਨਸਰਨਸ ਬਣ ਰਹੇ ਹੈ ਕਿ ਯੂਨਾਈਟਿਡ ਸਟੇਟਸ ਦੇ ਇਲੈਕਸ਼ਨ ਨੂੰ ਲੈ ਕੇ ਅਮ ਇਹੋ ਜਿਹਾ ਵਾਇਲੈਂਸ ਇਹੋ ਜੀ ਅਨਰੈਸਟ ਇਨੀ ਕ੍ਰੀਏਟ ਹੋ ਸਕਦੀ ਹੈ ਕਿ ਉਹ ਤੁਹਾਡੇ ਪਾਸੇ ਵੀ ਆਏ ਆਈ ਡੋਨਟ ਥਿੰਕ ਸਾਡੇ ਇਹ ਜਿਆਦਾ ਕਨਸਰਨ ਹੈਗਾ ਕਿ ਸਾਡੇ ਸਪਿਲਓਵਰ ਹੋ ਕੇ ਕਿ ਸਾਡੇ ਵੀ ਹੋਵੇ ਇਹ ਜ਼ਰੂਰ ਕਈ ਲੋਕ ਡਿਸਕਸ ਕਰ ਰਹੇ ਆ ਕਿ ਜੇ ਡੰਗਾਵਾਜੀ ਜਾਂ ਰਾਈਟਿੰਗ ਜਾਂ ਕੋਈ ਇਸ ਤਰ੍ਹਾਂ ਦਾ ਮਾਹੌਲ ਅਮਰੀਕਾ ਚ ਹੋ ਜਾਵੇ ਤੇ ਅਮਰੀਕਨ ਸਿਟੀਜ਼ਨ ਸ਼ਾਇਦ ਐਜ਼ ਰੈਫਿਜੀਜ਼ ਜਾਂ ਕੋ ਬਾਰਡਰ ਕ੍ਰਾਸ ਕਰਕੇ ਇਧਰ ਆ ਕੇ ਆਉਣਾ ਚਾਹਣਗੇ ਉਹ ਮਸਲਾ ਜਰੂਰ ਡਿਸਕਸ਼ਨ ਦੇ ਵਿੱਚ ਪਬਲੀਕਲੀ ਸਪੀਕਿੰਗ ਆ ਜੇ ਸਰਕਾਰੀ ਤੌਰ ਤੇ ਨਹੀਂ ਉਹਨਾ ਹੋਇਆ ਉਹ ਜਰੂਰ ਇੱਕ ਆਰਗੂਮੈਂਟ ਹੈਗਾ ਕਿ ਬਹੁਤ ਸਾਰੇ ਲੋਕ ਅੱਗੇ ਵੀ ਜਦੋਂ ਡਿਬੇਟਸ ਚੱਲਦੀ ਆ ਜਾਂ ਕਈ ਵਾਰੀ ਕਿ ਉਹ ਇਹ ਐਕਸ਼ਨਸ ਅੰਦਰ ਯੂਐਸਾ ਦੇ ਇਮੀਗ੍ਰੇਸ਼ਨ ਸਾਈਡ ਜਿਹੜੀ ਉਹ ਇਕਦਮ ਸ਼ੂਟ ਆਫ ਹੋ ਜਾਂਦੀ ਔਰ ਜੰਪ ਹੋ ਜਾਂਦੀ ਆ ਕਿ ਵੀ ਕ੍ਰੈਸ਼ ਵੀ ਹੋ ਜਾਂਦੀ ਆ ਅਮਰੀਕਨ ਜਿੱਥੇ ਇੰਟਰੈਸ਼ੋ ਕਰਦੇ ਆ ਇਹ ਜ਼ਰੂਰ ਹੈਗੀ ਇੱਕ ਸੋਚ ਪਰ ਕੰਰੈਂਟਲੀ ਬਾਰਡਰ ਜਿਹੜਾ ਉਹ ਤਕਰੀਬਨ ਕਲੋਜ਼ਡ ਹੈਗਾ ਸਿਰਫ ਟਰੇਡ ਵਾਸਤੇ ਖੁੱਲਾ ਜਾਂ ਐਸੈਂਸ਼ੀਅਲ ਫੈਮਿਲੀ ਜਿਹੜੇ ਜਿਨ੍ਹਾਂ ਦੇ ਸਪਾਉਸਸ ਜਾਂ ਲਵਡ ਵਨਸ ਇਧਰ ਜਾਂ ਉਧਰ ਹੈਗੇ ਉਹਨਾਂ ਵਾਸਤੇ ਖੁੱਲਾ ਹੈਗਾ ਪਰ ਉਹ ਚੀਜ਼ ਦਾ ਜ਼ਰੂਰ ਕੰਸਰਨ ਹੈਗੀ ਹੈ ਕਿ ਜੇ ਆਲਓਵਰ ਸਨ ਲੋਕ ਅਪਸੈਟ ਹੋ ਕੇ ਇਧਰ ਆਉਣ ਕੇ ਆਪਣਾ ਵਿਚਾਰ ਕਰਨ ਜਾਂ ਉਹਨਾਂ ਦੀ ਸੋਚ ਮਤਾਬਕ ਹੋ ਕੇ ਅਮਰੀਕਾ ਦੇ ਨਾਲ ਨਹੀਂ ਖੋਜ ਰਹੇ ਜਾਂ ਆਪਣੀ ਸੁਰੱਖਿਆ ਨਹੀਂ ਫੀਲ ਕਰਦੇ ਉਹ ਆਣਾ ਚਾਣਗੇ ਉਹਦੇ ਲਈ ਯਾਦ ਰੱਖਣਾ ਬੂਗਾ ਇਹ ਜ਼ਰੂਰ ਹੈ ਇੱਕ ਕਨਵਰਸੇਸ਼ਨ ਸ਼ੁਰੂ ਹੋਈ ਹੈ ਕੈਨੇਡਾ ਜੀ ਐਬਸੋਲੂਟਲੀ ਆਮ ਬਹੁਤ ਜ਼ਿਆਦਾ ਤੁਸੀਂ ਸਾਨੂੰ ਵਧੀਆ ਪੁਆਇੰਟਸ ਦਿੱਤੇ ਟੂ ਥਿੰਕ ਅਬਾਊਟ ਅਹੈਡ ਆਰ ਆਪਣਾ ਇਲੈਕਸ਼ਨ ਥੈਂਕ ਯੂ ਸੋ ਮਚ ਮੈਂਬਰ ਪਰਲਮੈਂਟ ਫ্রম ਸਰ ਮਿਸਟਰ ਦਿੰਪ ਸਿੰਘ ਸੈਰਾਈਟਿਸ ਸਰ ਨਾਲ ਜੜੇ ਵੀ ਅਪਰੀਸ਼ੀਏ ਯੂਰ ਟਾਈਮ ਐਂਡ ਯੂਰ ਥਾਟਸ ਥੈਂਕ ਯੂ ਸੋ ਮਚ ਸਰ ਹੈਵ ਅ ਗੁੱਡ ਰੈਸਟ ਆਫ ਯੂਰ ਨਾਈਟ ਅਜ਼ਰੂਤ ਅਰਨਲ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ Sassigal so, and thank you for having me on. Ji, <laughs> <laughs> And my baki viewers in Dasna I think um Ji Jane ek bohathi important line it take uh, Canadians newest villain is a legitimate thought American citizens as refugees. So American citizens, Canada they refugee status. Uh, ਆ ਲਾ ਕੇ ਜਾਨ ਇਸ ਚੀਜ਼ ਦਾ ਜੈਨੂਇਨ ਕੰਸਰਨ ਇਸ ਵਿਲੀ ਮਹਿਸੂਸ ਹੋ ਰਿਹਾ ਹੈ ਇਲੈਕਸ਼ਨ ਨੂੰ ਲੈ ਕੇ ਸਿਰਫ 5 ਦਿਨ ਰਹਿ ਗਏ ਮੇਰੀ ਇੱਕ ਬਾਰੀ ਫਿਰ ਸਿਰਫ ਇਹ ਹੀ ਤੁਹਾਡੇ ਨਾਲ ਅਰਜ ਹੈ ਕਿ ਪਲੀਜ਼ ਵੋਟ ਪਾਓ ਐਂਡ ਅਗਰ ਤੁਸੀਂ ਆਲਰੇਡੀ ਵੋਟ ਨਹੀਂ ਪਾਈ ਤੁਹਾਡੇ ਕੋਲ ਹੁਣ 3 3 ਦਿਨ ਹੈਗੇ ਵੋਟ ਪਾਣ ਲਈ ਜ਼ਰੂਰ ਆਪਣਾ ਪਲਾਨ ਬਣਾਓ ਫਿਗਰ ਆਊਟ ਤੁਸੀਂ ਵੋਟ ਕਿਸ ਤਰ੍ਹਾਂ ਪਾ ਸਕਦੇ ਅਗਰ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਕੋਈ ਸਾਡੇ ਵੱਲੋਂ ਹੈਲਪ ਚਾਹੀਦੀ ਹੈ ਜ਼ਰੂਰ ਤੁਸੀਂ ਸਾਨੂੰ ਵੀ ਲਿਖ ਸਕਦੇ ਹੋ info@justbroadcasting.com ashmitajustbroadca .com and ek chhota sa reminder saada special program White House to Your House kal ek special episode da California focus toade layi pesh karange starting 8:30 pm eastern White House to Your House kal milange starting at 8:30 pm eastern only on Jas Punjabi hun mainu deyo ijazat sister calls